ਤੁਸੀਂ ਅਕਾਲੀ ਦਲ ਬਾਦਲ ਦੇ ਵਿੱਚ ਸਰਪ੍ਰਸਤ ਸੀਗੇ ਤੇ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਕਾਫੀ ਲੋਕਾਂ ਨੂੰ ਉੱਥੋਂ ਜਿਹੜਾ ਵਿਦਾ ਕਰਤਾ ਹੈ ਤੌਰਤਾ ਹੈ ਤੁਸੀਂ ਇਸ ਤੋਂ ਕੀ ਮਤਲਬ ਸਮਝਦੇ ਹੋ ਇਹ ਸ਼ਰੂਨੀ ਅਕਾਲੀ ਦਲ ਦਾ ਇਡੀ ਬੁਰਾ ਹਾਲ ਹੋ ਗਿਆ ਇਹਨੂੰ ਸੁਧਾਰ ਕਰਨਾ ਚਾਹੀਦਾ ਇਹਦੇ ਵਿੱਚ ਇਹਦੇ ਵਿੱਚ ਕੀ ਮਾੜੀ ਗੱਲ ਕਿਉਂ ਗੱਡੇ ਨੇ ਹੁੰਦੇ ਬਿਲਕੁਲ ਪ੍ਰੋਸੀਜਰ ਇੱਕ ਪਰਸੈਂਟ ਵੀ ਕੋਈ ਲਾਗੂ ਨਹੀਂ ਕੀਤਾ ਗਿਆ ਨੰਬਰ 2 ਪਹਿਲਾਂ ਡਿਸਕਸ਼ਨਰੀ ਕਮੇਟੀ ਕੋਈ ਹੈ ਹੀ ਨਹੀਂ ਕਨਸਟੀਚਿਊਸ਼ਨ ਆਪਣੇ ਆਪ ਹੀ ਬਣਾ ਲੀਏ ਕੀ ਇਹ ਅਖਤਿਆਰ ਪ੍ਰਧਾਨ ਕੋਲ ਹੁੰਦਾ ਹੈ ਕਿ ਉਹ ਆਪਣੇ ਆਪ ਇੱਕ ਕੋਰ ਕਮੇਟੀ ਜਿਹੜੀ ਕਿ ਮੇਨ ਕੋਰ ਕਮੇਟੀ ਹੈਗੀ ਹੈ ਉਹਨੂੰ ਐਦਾਂ ਭੰਗ ਕਰ ਸਕੇ ਸਿ ਪਹਿਲਾਂ ਨਾ ਕਨਸਟੀਚਿਊਸ਼ਨ ਚ ਹੈ ਹੀ ਨਹੀਂ ਕੋਰ ਕਮੇਟੀ ਕੋਈ ਬਰਕੀ ਕਮੇਟੀ ਹੈ ਲੇਕਿਨ ਇਹ ਉਹਨਾਂ ਨੇ ਕਰੀ ਹੈ ਤੇ ਫਿਰ ਕਿਸੇ ਨੂੰ ਪੁੱਛਿਆ ਤਾਂ ਕ੍ਰੀਮਨ ਮੈਂ ਸਰ ਸਰਪ੍ਰਸਤ ਆ ਵੇ ਨਾਲ ਕੋਈ ਗੱਲ ਨਹੀਂ ਕੀਤੀ। ਕੱਲਾ ਜਿਹੜਾ ਆਕਾਲੀ ਦਲ ਹੈਗਾ ਉਹਦਾ ਜਾਣਾ ਨਹੀਂ ਬਣਦਾ ਹੈਗਾ ਕਿਉਂਕਿ ਪ੍ਰਧਾਨਤਾ ਐਸਜੀਪੀਸੀ ਦੇ ਸੀ ਜਿਨ੍ਹਾਂ ਨੇ ਮੋਹਰ ਲਾਈ ਹੋएगी ਇਸ਼ਤਿਹਾਰ ਦੇਣ ਵੇਲੇ। ਜੈਤੌਰ ਤੇ 90 95 95 ਜਨਮੇ ਯਾਰ ਲੱਖ ਰੁਪਇਆ ਖਰਚਿਆ ਗਿਆ। ਇਹਨਾਂ ਦਾ ਜਵਾਬ ਤਾਂ ਜਵਾਬ ਦੇਦਾ ਹੈ ਕਿ ਆ ਜੀਪੀਸੀ। ਕਹਿੰਦੇ ਜੀ ਸਾਰੇ ਇਕੱਠੇ ਹੋ ਜਾਣ ਤੇ ਇਹਨਾਂ ਨੂੰ ਕਿਸੇ ਵੀ ਗੱਠ ਜੋੜ ਦੀ ਲੋੜ ਨਹੀਂ ਹੈਗੀ। ਤੇ ਸਿੱਖ ਜਿਹੜੇ ਜਗਤ ਜਾਂ ਸਿੱਖਾਂ ਦੇ ਲਈ ਜਾਂ ਸਿੱਖ ਪੰਥੂ ਦੇ ਲਈ ਜੜੀਆਂ ਵੀ ਉਹਨਾਂ ਦੇ ਮੁੱਦੇ ਨੇ ਜੜੀਆਂ ਉਹਨਾਂ ਦੀ ਗੱਲਾਂ ਬਾਤਾਂ ਨੇ ਜੇ ਗਰੁੱਪ ਇਕੱਠੇ ਹੋ ਕੇ ਚੱਲਣ ਇੱਕ ਕਾਲੀਦਲ ਬਣ ਜੇ ਡੈਫੀਨੇਟਲੀ ਜ਼ਿਆਦਾ ਸਟਰੋਂਗ ਹੋ ਸਕਦਾ ਹੈ ਉਹਦੇ ਉਹਦੀ ਪ੍ਰਧਾਨਗੀ ਥੱਲੇ ਇਹਨਾਂ ਕੁਝ ਹੋ ਗਿਆ ਐਨੀ ਮਾੜੀ ਹਾਲਤ ਹੋ ਗਈ ਤੁਹਾਨੂੰ ਪਤਾ ਹੈ 2017 ਨੂੰ ਜਦੋਂ ਸੀ ਹਰਿਆ ਬੁਰੀ ਤਰ੍ਹਾਂ 5 15 ਜਿੱਤੇ ਸੀ ਤੇ ਉਦੋਂ ਮੈਂ ਕਿਹਾ ਸੀ ਕੋਰ ਕਮੇਟੀ ਚ ਕਿ ਸੁਵੀਰ ਸੈਕਟਰ ਦਾ ਨਹੀਂ ਕਰਦੇ ਅਸੀਂ ਵੱਡੇ ਬਾਤ ਸਾਹਮਣੇ ਬਣਾ ਲੈਣਾ ਲੇਕਿਨ ਉਹ ਨਹੀਂ ਮੰਨੇ ਇਤਨੀ ਲਾਦਾ ਐਡਵਰਸ ਸਥਿਤੀ ਕਾ ਹੁੰਗਾ ਆਪਣੇ ਬਿਲਕੁਲ ਹੀ ਜਿਹੜੀਆਂ ਉਲਟ ਗੱਲ ਹੈਗੀ ਹੈ ਇੱਕ ਪਾਸੇ ਤਾਂ ਉਹਨਾਂ ਨੂੰ ਵੱਖਵਾਦੀ ਕਿਹਾ ਜਾ ਰਿਹਾ ਦੂਜੇ ਪਾਸੇ ਉਹਨਾਂ ਨੂੰ ਜੇਲ੍ਹ 'ਚ ਟੱਕਿਆ ਜਾ ਰਿਹਾ ਤੀਜੇ ਪਾਸੇ ਜਿਹੜਾ ਹੈਗਾ ਉਹ ਇਸ ਟਾਈਮ ਐਡੇ ਵੱਡੀ ਵੋਟ ਲੈ ਕੇ ਬੈੰਕ ਆਪ ਨੂੰ ਸਭ ਤੋਂ ਵੱਧ ਵੋਟਾਂ ਜਿੱਤੇ ਹੋਏ ਜੇਲ੍ਹ 'ਚ ਬੈਠੇ ਜਿੱਤੇ ਤੇ ਉਹ ਨੂੰ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਭਾਜਪਾ ਨੇ ਜਿਤਾਇਆ ਜਾਂ ਉਹ ਨੇ ਜਿਤਾਇਆ ਨਵਾਂ ਕਲੀ ਦਲ ਦੀ ਗੱਲ بار بار ਕਿਹਾ ਜਾ ਰਿਹਾ ਹੈ ਸਰਜੀਤ ਖਾਲਸਾ ਜਾਂ ਅਮਰਿਤਪਾਲ ਜਿਹੜੇ ਨੇ ਉਹਦੇ ਪ੍ਰਧਾਨ ਹੋ ਸਕਦੇ ਨੇ ਆਪ ਲੋਕਾਂ ਦੀ ਕਿਉਂਕਿ ਡੈਮੋਕਰੇਸੀ ਵਿੱਚ ਲੋਕਾਂ ਦੀ ਸ਼ਕਤੀ ਸਭ ਤੋਂ ਵੱਡੀ ਲੋਕਾਂ ਦੀ ਸ਼ਕਤੀ ਹੈ ਜੋ ਉਹ ਚਾਣਗੇ ਤੇ ਉਹਨੂੰ ਉਹ ਦੇ ਦੇਣਗੇ ਜੇ ਨਹੀਂ ਚਾਣਗੇ ਨਹੀਂ ਦੇਣਗੇ ਜਦੋਂ ਵੀ ਐਸਜੀਪੀਸੀ ਹੀ ਇਵੋਲਵ ਕਰਦੀ ਹੈ ਕੋਈ ਲੀਡਰ ਕੌਣ ਹੋਏਗਾ ਪੂਰੇ ਸਿੱਖਾਂ ਦਾ ਪਰ ਦੂਸਰੇ ਪਾਸੇ ਅਕਾਲ ਤਖਤ ਵਾਲ ਐਸ ਵਾਰੀ ਐਸ ਵਾਰੀ ਟਾਈ ਉਹ ਕਹਿੰਦੇ ਵੀ ਅਕਾਲ ਤਖਤ ਦੇ ਜਿਹੜੇ ਹੈਗੇ ਆ ਦੇਖਣਾ ਪਏਗਾ ਜਿੱਥੇ ਤੱਕ ਸਭ ਕੀ ਲੈਂਦੇ ਕਿਸ ਤਰੀਕੇ ਦਾ ਫੈਸਲਾ ਇਹ ਚਿੱਠੀ ਲੈ ਕੇ ਬਾਲ ਸਾਹਿਬ ਨੂੰ ਕਿਹਾ ਤੂੰ ਜਾ ਕੇ ਮਾਫੀ ਮੰਗ ਲਓ ਔਰ ਇਹ ਕਹਿ ਕੇ ਮੰਗੋ ਕਿ ਮੇਰੀ ਰਾਜ ਹੋਇਆ ਹੈ ਇਸ ਕਰਕੇ ਮੈਂ ਮਾਫੀ ਭੰਤ ਤੁਜੋ ਨਾ ਮੈਂ ਅਕਾਲ ਤਖਤ ਤੋਂ ਮਾਫੀ ਮੰਗਣਾ ਚਾਹੁੰਦਾ ਸੰਗਤ ਨੂੰ ਮਾਫੀ ਚਾਹੁੰਦਾ ਹਾਂ ਪਰ ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਪੂਰਾ ਸੰਭਵ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪ੍ਰੋਗਰਾਮ ਅਨਕੜ ਦੇ ਵਿੱਚ ਸਵਾਗਤ ਹੈ ਮੈਂ ਤੁਹਾਡੀ ਹੋਸਟ ਬਿੰਦੂ ਸਿੰਘ ਅੱਜ ਅਸੀਂ ਤਿੰਸਾ ਸਾਬ ਕੋ ਲਾਏ ਆ ਸੁਖਦੇਵ ਸਿੰਘ ਤਿੰਸਾ ਕੋ ਲ ਆਏ ਆ ਸੀ ਜਿਹੜੇ ਕਿ ਬਹੁਤ ਹੀ ਸੀਨੀਅਰ ਅਕਾਲੀ ਆਗੂ ਨੇ ਔਰ ਜਿਹੜਾ ਵਖ ਤੜਾ ਐਸਟਮ ਬਣਿਆ ਹੋਇਆ ਉਹਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਐਕਟਿਵ ਵੀ ਨੇ ਕਿਉਂਕਿ ਜੰਗ ਜਿਹੜੀ ਹੈਗੀ ਆ ਜੀਪ ਜੀ ਛੜੀ ਹੋਈ ਆ ਅਕਾਲੀ ਦਲ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਸਮਝਿਆ ਕਿ ਜ਼ਰੂਰੀ ਕਿ ਗੱਲ ਕਰਨੀ ਜ਼ਰੂਰੀ ਹੈਗੀ ਹੈ ਗੱਲਬਾਤ ਕਰਦੇ ਆ ਤਿੰਸਾ ਸਾਬ ਤੁਸੀਂ ਅਕਾਲੀ ਦਲ ਬਾਦਲ ਦੇ ਵਿੱਚ ਸਰਪ੍ਰਸਤ ਸੀਗੇ ਤੇ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਕਾਫੀ ਲੋਕਾਂ ਨੂੰ ਉੱਥੋਂ ਜਿਹੜਾ ਵਿਦਾ ਕਰਤਾ ਤੌਰਤਾ ਤੁਸੀਂ ਇਸ ਤੋਂ ਕੀ ਮਤਲਬ ਸਮਝਦੇ ਹੋ ਦੇਖੋ ਪਹਿਲਾ ਨੰਬਰ 1 ਤਾਂ ਇਹ ਹੀ ਹੈ ਕਿ ਅਸੀਂ ਜੇ ਲਹਿਰ ਚਲਾਈ ਹੈ ਉਹ ਸੁਧਾਰ ਲਹਿਰ ਹੈ ਜੀ ਕਿ ਸ਼ੁਰੂ ਨੇ ਅਕਾਲੀ ਦਲ ਦਾ ਇੱਥੇ ਬੁਰਾ ਹਾਲ ਹੋ ਗਿਆ ਇਹਨੂੰ ਸੁਧਾਰ ਕਰਨਾ ਚਾਹੀਦਾ ਹੈ ਇਹਦੇ ਵਿੱਚ ਇਹਦੇ ਵਿੱਚ ਕੀ ਮਾੜੀ ਗੱਲ ਹੈ ਕਿਉਂ ਕੱਢੇ ਨੇ ਬੰਦੇ ਕੀ ਉਹਨਾਂ ਦਾ ਕੀ ਸੁਧਾਰ ਕਰਨਾ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਂ ਕਿਸੇ ਹੋਰ ਨੂੰ ਇਹ ਠੀਕ ਨਹੀਂ ਲੱਗਦਾ ਕਿ ਸੁਧਾਰ ਹੋਵੇ ਤੇ ਮੈਂ ਹੈਰਾਨ ਆ ਕਿ ਉਹਨਾਂ ਨੇ ਚੁਣ-ਚਣ ਕੇ ਕੱਢੇ ਹੋਰ ਵੀ ਬਹੁਤ ਨੇ ਲੋਕੀ ਉਹਨਾਂ ਵਿੱਚ ਵੀ ਬੈਠੇ ਨੇ ਜਿਹੜੇ ਸੁਧਾਰ ਚਾਹੁੰਦੇ ਨੇ ਵੀ ਹਾਂ ਉਹਨੇ ਇੱਕ ਕਮੇਟੀ ਆ ਬਣਾਈ ਸੀ ਝੁੰਡਾ ਕਮੇਟੀ ਜਿਹਦੇ ਚ ਆਪ ਉਹਨੇ ਉਹਦੀ ਰਿਪੋਰਟ ਅਜੇ ਤੱਕ ਸਭ ਤਨੀ ਕਰ ਸਕੇ ਵੀ ਕਿਹੜੀ ਕੀ ਉਹਨਾਂ ਦੀ ਰਿਪੋਰਟ ਹੈ ਉਹਦੇ ਕਈ ਮੈਂਬਰ ਨੇ ਜਿਹੜੇ ਉਹ ਨਰਾਜ਼ ਹੋ ਕੇ ਬੈਠ ਗਏ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਲੋੜ ਪੈਗੀ ਕਿ ਸਦਾਰ ਕੀਤਾ ਜਾਏ ਬੁੱਧੀ ਭੁਰੀ ਹਾਲਤ ਹੋ ਗਈ ਕਾਲੀ ਦਲ ਦੀ ਲੋਕਾਂ ਚ ਇਹ ਬਹੁਤ ਇੱਛਾ ਹੈ ਕਿ ਸ਼ਰੂਮ ਨੀ ਕਾਲੀ ਦਲ ਨੂੰ ਤਕਰਹ ਕੀਤਾ ਜਾਏ ਔਰ ਸ਼ਰੂਮ ਨੀ ਕਾਲੀ ਦਲ ਜੋ ਪੂਰੀ ਤਰ੍ਹਾਂ ਮਰਿਆ ਤੈਨੂੰ ਖੜਾ ਕੀਤਾ ਜਾਵੇ ਕਿਵੇਂ ਉਹਦੇ ਲਈ ਸਦਾਰ ਕਰ ਲਈ ਸੀ ਕੋਸ਼ਿਸ਼ ਕਰ ਰਹੇ ਯੂਡੇ ਇਹਨਾਂ ਨੇ ਕੱਢ ਦਿੱਤਾ ਉਹਨਾਂ ਨੂੰ ਤੇ ਮੈਨੂੰ ਮਜਬੂਰ ਨਾ ਹੋ ਕੇ ਮਜਬੂਰ ਹੋ ਕੇ ਮੈਨੂੰ ਕਿਉਂਕਿ ਮੈਂ ਸੀਨੀਅਰ ਲੀਡਰਸ਼ਿਪ ਸਰਪ੍ਰਸਤ ਸੀ ਮੈਨੂੰ ਇਹ ਸਟੈਪ ਲੈਣਾ ਪਿਆ ਕਿ ਉਹਨਾਂ ਦੀ ਜਿਹੜੀ ਇਹਨਾਂ ਦੀ ਕੱਢੇ ਸੀ ਉਹ ਅਨਕੰਸਟੀਚੂਨਲ ਕੱਢੇ ਸੀ ਨੰਬਰ ਹੋਇਆ ਕਿ ਕੋਈ ਕਿਸੇ ਕਿਸਮ ਦੀ ਡਿਸਪਲਿਨਰੀ ਕਮੇਟੀ ਕੰਸਟੀਚਿਊਸ਼ਨ ਚ ਹੈ ਹੀ ਨਹੀਂ ਨੰਬਰ 2 ਨੇ ਕੰਸਟੀਚਿਊਸ਼ਨ ਚਲੋ ਜਿਹੜੀ ਬਣਾਈ ਹੈ ਨੇ ਉਹ ਪਹਿਲਾਂ ਨੋਟਿਸ ਦਿੰਦੀ ਹੈ ਡਿਸਪਲਿਨਰੀ ਕਮੇਟੀ ਵੀ ਜੇ ਹੋਵੇ ਤਾਂ ਨੋਟਿਸ ਦਿੰਦੀ ਹੈ ਔਰ ਨੋਟਿਸ ਦੇ ਕੇ ਫਿਰ ਉਹਦਾ ਜਵਾਬ ਮੰਗਦੇ ਆ ਜੀ ਜਵਾਬ ਮੰਗ ਤੋਂ ਬਾਅਦ ਫਿਰ ਵਰਕਿੰਗ ਕਮੇਟੀ ਨੂੰ ਭੇਜਦੇ ਆ ਉਹ ਵਰਕਿੰਗ ਕਮੇਟੀ ਆ ਕੇ ਰეკਮੈਂਡ ਕਰਦੀ ਹੈ ਵੀ ਪ੍ਰਧਾਨ ਨੂੰ ਕਿ ਇਹਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਇਸ ਕਰਕੇ ਉਹ ਸਾਰਾ ਅਨਕੰਸਟੀਚਿਊਸ਼ਨਲ ਹੋ ਰਿਹਾ ਸੀ ਤੇ ਇਸ ਕਰਕੇ ਮੈਨੂੰ ਮਜਬੂਰ ਨਾ ਇਹ ਗੱਲ ਕਰਨੀ ਪਈਆਂ ਤੇ ਉਹਨਾਂ ਨੇ ਅਗਲੇ ਦਿਨ ਮੈਨੂੰ ਵੀ ਘੜਤਾ। ਨਹੀਂ ਕਹਿਣ ਤਾਂ ਮਤ ਤੁਹਾਡਾ ਐ ਕਿ ਜਿਹੜਾ ਪ੍ਰੋਸੀਜਰ ਜੇ ਫਾਲੋ ਹੁੰਦਾ ਜੇ ਕਿਸੇ ਵੀ ਮਤਲਬ ਕਿ ਮੈਂਬਰ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਪੂਰੀ ਦੀ ਕਮੇਟੀ ਦੇ ਵਿੱਚੋਂ ਜਾਂ ਪਾਰਟੀ ਦੇ ਵਿੱਚੋਂ ਜਾਂ ਜਥੇਬੰਦਕ ਢਾਂਚੇ ਦੇ ਵਿੱਚੋਂ ਜੇ ਕਰਨਾ ਹੈ ਤੇ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਤੇ ਉਹ ਪ੍ਰੋਸੀਜਰ ਜਿਹੜਾ ਫਾਲੋ ਨਹੀਂ ਕੀਤਾ ਗਿਆ ਇਹੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਪ੍ਰੋਸੀਜਰ 1% ਵੀ ਕੋਈ ਲਾਗੂ ਨਹੀਂ ਕੀਤਾ ਗਿਆ। ਨੰਬਰ 2 ਪਹਿਲਾਂ ਡਿਸਪਸਕ੍ਰਿਨਰੀ ਕਮੇਟੀ ਕੋਈ ਹੈ ਹੀ ਨਹੀਂ। कंटिट्यूशन स्टाफ ਨੇ ਆਪ ਵੀ ਬਣਾ ਲਈ ਤੇ ਫਿਰ ਡਿਸਪਲਿਨਰੀ ਕਮੇਟੀ ਨੇ અનਕੰਸਟੀਚੂਟਲ ਕੀਤਾ ਕਿਸੇ ਨੂੰ ਨੋਟਿਸ ਨਹੀਂ ਦਿੱਤਾ ਕਿਸੇ ਨੂੰ ਜਵਾਬ ਨਹੀਂ ਮੰਗਿਆ ਤੇ ਫਿਰ ਵਰਕਿੰਗ ਕਮੇਟੀ ਕੋਲ ਜਾਂਦਾ ਵਰਕਿੰਗ ਕਮੇਟੀ ਫਿਰ ਪ੍ਰਧਾਨ ਨੂੰ ਭੇਜਦੀ ਹੈ ਬਿਲਕੁਲ ਤੇ ਫਿਰ ਗੱਲ ਹੁੰਦੀ ਹੈ ਤੇ ਉਹਨਾਂ ਨੇ ਕੀਤਾ ਇਹ ਠੀਕ ਹੈ ਮੇਰੇ ਕੋਲ ਵੀ ਅਧਿਕਾਰ ਨਹੀਂ ਸੀ ਮੈਂ ਵੀ ਉਹਨਾਂ ਨੂੰ ਦੇਖ ਕੇ ਅਨਡਿਸਪਲਿਨ ਦੇਖ ਕੇ ਉਹਦਾ ਫੈਸਲਾ ਕੀਤਾ ਸੀ ਪ੍ਰਿੰਸਪ ਸਾਬ ਜੇ ਤੋ ਤਾਂ ਗੱਲ ਕੀਤੀ ਜਾਵੇ ਕੋਰ ਕਮੇਟੀ ਵੀ ਭੰਗ ਕੀਤੀ ਗਈ ਸੀਗੀ ਔਰ ਉਹਦੇ ਵਿੱਚ ਜਦੋਂ ਅਸੀਂ ਜਿਵੇਂ ਬੀਬੀ ਜ਼ਗੀਰਕਾਰ ਹੋਰਾਂ ਨਾਲ ਹੋਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਅਸੀਂ ਅਕਾਲੀ ਦਲ ਦੇ ਜਿਸ ਤਰੀਕੇ ਦੇ ਨਾਲ ਅਸੀਂ 20 ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਦੁਬਾਰਾ ਇਹ ਹੈਗੇ ਆਉਂਦੇ ਮੈਂਬਰਸ ਤੇ ਸਾਨੂੰ ਤਾਂ ਦੱਸਿਆ ਨਹੀਂ ਗਿਆ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਕੀ ਹੋਇਆ ਕੀ ਇਹ ਅਖਤਿਆਰ ਪ੍ਰਧਾਨ ਕੋਲ ਹੁੰਦਾ ਕਿ ਉਹ ਆਪਣੇ ਆਪ ਇੱਕ ਕੋਰ ਕਮੇਟੀ ਜਿਹੜੀ ਕਿ ਮੇਨ ਕੋਰ ਕਮੇਟੀ ਹੈਗੀ ਹੈ ਉਹਨੂੰ ਉਹ ਇਦਾਂ ਭੰਗ ਕਰ ਸਕੇ ਇਹ ਤੇ ਪਹਿਲਾਂ ਨਾ ਕਨਸਟੀਟਿਊਸ਼ਨ ਚਾਹੀ ਨਹੀਂ ਕੋਰ ਕਮੇਟੀ ਕੋਈ ਬਰਗੇ ਕਮੇਟੀ ਐ ਹਮ ਲੇਕਿਨ ਜੇ ਉਹਨਾਂ ਨੇ ਕਰੀ ਐ ਤੇ ਫਿਰ ਕਿਸੇ ਨੂੰ ਪੁੱਛਿਆ ਤਾਂ ਕ੍ਰੀਵਨ ਮੈਂ ਸਰਪ ਸਰਪ੍ਰਸਤਾ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜਦੋਂ ਕੋਰ ਕਮੇਟੀ ਤੋੜੀ ਕੋਰ ਕਮੇਟੀ ਭੰਕਰ ਲੱਗਿਆ ਹਾਂ ਕੋਈ ਨਹੀਂ ਉਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਮੈਂ ਹੈਰਾਨ ਆ ਕਿ ਇਹਨਾਂ ਡਿਕਟੇਟਰ ਨਾਲ ਤਰੀਕੇ ਨਾਲ ਚੱਲੇ ਤੇ ਗੱਲ ਨਹੀਂ ਬਣਦੀ ਕੋਈ ਜੀ 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 ਇਸ ਕਰਕੇ ਤੁਸੀਂ ਕਹੋਗੇ ਵੀ ਉਹਨੂੰ ਕਿਉਂ ਲੋਕੀ ਕਿਉਂ ਸਾਰੇ ਪਾਰਟੀ ਦੇ ਚਾਹੁੰਦੇ ਆ ਕਿਉਂ ਅਡ ਹੋ ਗਏ ਕਿਉਂ ਨਹੀਂ ਕੱਢਿਆ ਕਿਉਂਕਿ ਉਹਨਾਂ ਨੂੰ ਚਾਹੁੰਦੇ ਸੀਗੇ ਵੀ ਹਾਲਾਤ ਠੀਕ ਹੋਣ ਸੁਧਾਰ ਕੀਤਾ ਜਾਵੇ ਇਹਨੂੰ ਠੀਕ ਤੰਗ ਚੱਲੇ ਚੱਲੇ ਪਾਰਟੀ ਫੇਰ ਕੋਈ ਸ਼ਹਿਰ ਜਨ ਪਵੇ ਜੀ ਇਹ ਤੁਸੀਂ ਕੋ ਤੁਹਾਡੇ ਧੜੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅੱਗੇ ਲਾਇਆ ਤੇ ਪ੍ਰੈਜ਼ੀਡਿੰਗ ਬਣਾਇਆ ਗਿਆ ਇੱਕ ਪ੍ਰੋਪਰ ਤਿੱਕੇ ਦੇ ਨਾਲ 12 13 ਮੈਂਬਰਸ ਨੇ ਉਹਦੇ ਜਿੰਕਲੂਡ ਕੀਤੇ ਗਏ ਤੇ ਉਹ ਵੀ ਤਾਂ ਆਪਣੇ ਆਪ ਚ ਉਹਨਾਂ ਨੂੰ ਹੋਣਾ ਵੀ ਉਹਨਾਂ ਨੇ ਤਾਂ ਆਪਣਾ ਵਕਤੜਾ ਬਣਾ ਲਿਆ ਜਾਂ ਤੁਹਾਡਾ ਜਿਹੜਾ ਪ੍ਰੋਸੀਡਿਅ ਮੈਂ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਚ ਕੰਮ ਕਰੇਗਾ ਕਿਦਾਂ ਕਿਉਂਕਿ ਹਜੇ ਜਿਹੜੀਆਂ ਅਕਾਲ ਤਖਤ ਤੇ ਤੁਹਾਡੇ ਧੜੇ ਵੱਲੋਂ ਲੈ ਕੇ ਗਈ ਹੋਈ ਸ਼ਿਕਾਇਤ ਹੈਗੀ ਹੈ ਉਹਦਾ ਹਜੇ ਕਿਸੇ ਵੀ ਤਰੀਕੇ ਦਾ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਗਿਆਨੀ ਰੁਘਵੀਰ ਸਿੰਘ ਹੋਣੀ ਉਹਨਾਂ ਨੇ ਇੱਕ ਦੋਨੋਂ ਦੇ ਚਾਹੇ ਪਾਰਟੀ ਦਾ ਵੀ ਤੇ ਐਸਜੀਪੀਸੀ ਦਾ ਲਫਾਫਾ ਫੜ ਕੇ ਜ਼ਰੂਰ ਰੱਖ ਲਿਆ ਤੁਹਾਡਾ ਮਤਲਬ ਕੀ ਤੇ ਦੂਜੇ ਪਾਸੇ ਜਿਹੜਾ ਤੁਸੀਂ ਸ਼ਿਕਾਇਤ ਕੀਤੀ ਸੀ ਅਕਾਲੀ ਦਲ ਨੇ ਆਪਣਾ ਲਫਾਫਾ ਦਿੱਤਾ ਯ ਆਪਣੀ ਸਫਾਈ ਦਿੱਤੀ ਸਪਸ਼ਟਕਰਨ ਦਿੱਤਾ ਦੂਜੇ ਪਾਸੇ ਐਸਜੀਪੀਸੀ ਨੇ ਆਪਣਾ ਸਪਸ਼ਟਕਰਨ ਦਿੱਤਾ ਕਿ ਗੱਲਾਂ 90 ਹਜ਼ਾਰ ਤੋਂ ਵੱਧ ਦੇ ਜਿਹੜੇ ਇਸ਼ਤਿਹਾਰ ਸੀਗੀਆਂ ਉਹਦੀਆਂ ਸੀਗੀਆਂ ਔਰ ਗੱਲਾਂ ਇਹ ਵੀ ਹੋ ਕੇ ਉਠੀਆਂ ਸੀਗੀਆਂ ਕਿ ਕੱਲਾ ਐਸਜੀਪੀਸੀ ਵੀ ਜਾਵੇ ਕਿਉਂਕਿ ਇਕੱਲਾ ਜਿਹੜਾ ਆਕਾਲੀ ਦਲ ਹੈਗਾ ਉਹਦਾ ਜਾਣਾ ਨਹੀਂ ਬਣਦਾ ਹੈਗਾ ਕਿਉਂਕਿ ਪ੍ਰਧਾਨਤਾ ਐਸਜੀਪੀਸੀ ਦੇ ਸੀ ਜਿਨ੍ਹਾਂ ਨੇ ਮੋਰ ਲਾਈ ਹੋਏਗੀ ਇਸ਼ਤਿਹਾਰ ਦੇਣ ਵੇਲੇ ਨਹੀਂ ਉਹਦਾ ਇਸ਼ਤਿਹਾਰ ਉਹਦਾ ਇਹ ਪ੍ਰਧਾਨ ਨਹੀਂ ਸੀ ਉਹਦਾ ਪ੍ਰਧਾਨ ਨਾਲ ਨਹੀਂ ਇਸ ਦੁਨੀਆ 'ਚ ਹਾਂਜੀ ਉਹ ਤਾਂ ਮੱਕੜ ਸਾਹਿਬ ਸੀ ਮੱਕੜ ਸਾਹਿਬ ਸੀ ਕੇ ਤੇ ਲੇਕਿਨ ਇਹ ਨਜਾਇਜ਼ ਤੌਰ ਤੇ 90 95 95 96 ਹਜ਼ਾਰ ਲੱਖ ਰੁਪਇਆ ਖਰਚਿਆ ਗਿਆ ਲੇਕਿਨ ਉਹਦਾ ਜਵਾਬ ਜਵਾਬ ਦੇਤਾ ਹੈ ਕਿ ਆ ਕਿ ਐਸਜੀਪੀਸੀ ਅ ਢੀਂਤਸਾ ਸਭ ਬਾਰ-ਬਾਰ ਇੱਕ ਗੱਲ ਇਹ ਕਹਿੰਦੇ ਆ ਕਹਿੰਦੇ ਜੀ ਜਿਵੇਂ ਤੁਹਾਡੇ ਚ ਜਿਵੇਂ ਜਿੰਨੇ ਵੀ ਤੁਹਾਡੇ ਵਾਲੇ ਪਾਸੇ ਵਿੱਚ ਚੰਦੂ ਮਾਜਰਾ ਸਾਹਿਬ ਨੇ ਚਾਹੇ ਜਗੀਰ ਕੌਰ ਨੇ ਚਾਹੇ ਤੁਸੀਂ ਉਹ ਚਾਹੇ ਛੋਟੇ ਢੀਂਤਸਾ ਸਾਹਿਬ ਨੇ ਪਰਮਿੰਦਰ ਜੀ ਉਹ ਸਾਰੇ ਕਹਿੰਦੇ ਵੀ ਇਹ ਸਾਰੇ ਪਹਿਲੇ ਸਾਡੇ ਨਾਲ ਹੀ ਸੀਗੇ ਹੁਣ ਉਹ ਉੱਥੇ ਸਾਡੀਆਂ ਸ਼ਿਕਾਇਤਾਂ ਲਾ ਰਹੇ ਜਿਸ ਤਰੀਕੇ ਦੇ ਨਾਲ ਇਹ ਏਦਾਂ ਗੱਲਬਾਤ ਹੋ ਰਹੀ ਹੈ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਤਾਂ ਉਹ ਵੀ ਇਕੁਅਲ ਭਾਗੀਦਾਰ ਨੇ ਜਿਹੜੀਆਂ ਸਾਡੇ ਤੇ ਸ਼ਿਕਾਇਤਾਂ ਲਈਆਂ ਜਾ ਰਹੀਆਂ ਉਸ ਚੀਜ਼ ਦੇ ਨਹੀਂ ਨਹੀਂ ਉਹਨੂੰ ਪੁੱਛੋ ਵੀ ਕਿਸੇ ਬੰਦੇ ਨੂੰ ਇਹਦਾ ਰਾਏ ਕੀਤੀ ਵੀ ਜਦੋਂ ਸੰਪਯੋਤਾ ਕੀਤਾ ਸਰਨ ਪ੍ਰੋਟੈਸਟ ਕੀਤਾ ਕਿ ਕਿਉਂ ਵੀਨ ਬਾਲ ਸਾਹਿਬ ਨੂੰ ਮੈਂ ਪੁੱਛਿਆ ਕਿ ਬਾਲ ਸਾਹਿਬ ਤੁਹਾਡਾ ਗੱਲ ਕੀਤੀ ਸੀ ਕਹਿੰਦੇ ਨਹੀਂ ਪਹਿਲਾਂ ਕੀਤੀ ਸੀ ਹੁਣ ਨਹੀਂ ਕੀਤੀ ਜੇ ਬਾਲ ਸਾਹਿਬ ਕਹਿ ਸਕਦੇ ਪਰ ਨਾਨੋ ਉਹਨੂੰ ਪਰਨਾਨੋ ਹੀ ਸੀਗੇ ਜੀ ਤੇ ਉਹਨੂੰ ਇਹ ਕੱਲਾ ਜਾ ਕੇ ਕਰਿਆ ਆ ਤੇ ਮੈਂ ਹੈਰਾਨ ਆ ਕੇ ਵੀ ਬਾਲ ਸਾਹਿਬ ਨੂੰ ਉਹ ਦੇ ਆਪਦੇ ਕਥਨ ਅਨੁਸਾਰ ਉਹਨਾਂ ਨੂੰ ਪਤਾ ਨਹੀਂ ਸੀ ਜੀ ਜੀ ਤੇ ਕੁਦਰਤੀ ਸੀ ਰਿਐਕਸ਼ਨ ਤਾਂ ਹੋਣੀ ਹੋਣੀ ਸੀ ਤੁਹਾਨੂੰ ਸਭ ਵਿਦਵਾਨਾਂ ਦਾ ਨ ਮੰਨਣਾ ਹੈਗਾ ਕਿ ਅਕਾਲੀ ਦਲ بار-बार ਉਹ ਜੋ ਟੁੱਟ-ਭੱਜ ਜੜੀ ਲੱਗੀ ਹੋਈ ਹੈ ਵੱਖ-ਵੱਖ ਪਾਰਟੀਆਂ ਚੋਂ ਨਿਕਲ ਕੇ ਗਈਆਂ ਨੇ ਪਹਿਲੇ ਵੀ ਸੀਗੀਆਂ ਔਰ ਮੁੱਢ ਜੇ ਦੇਖਿਆ ਜਾਏ ਤਾਂ ਕਈ ਗੱਲਾਂ ਨੇ ਉਹਦੇ ਮੁੱਢ ਪਰ ਪਹਿਲੇ ਜਿੱਥੇ ਜੇ ਇਵਨ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਪਹਿਲੇ ਤਾਂ ਜਨ ਸੰਗ ਦੇ ਨਾਲ ਵੀ ਡੈਫੀਨਿਟਲੀ ਸੀਗੇ ਔਰ ਹੁਣ ਵੀ ਜਿਹੜਾ ਹੈਗਾ ਬੜਾ ਐਡਵਰਸ ਸਿਥਿਤੀ ਬਣੀ ਹੋਈ ਹੈ ਦੁਬਾਰਾ ਤੋਂ ਤੇ ਜਿੱਥੋਂ ਤੱਕ ਇਵੋਲਵ ਜਿਸ ਤਰ੍ਹਾਂ ਸਥਿਤੀਆਂ ਹੋ ਰਹੀਆਂ ਨੇ ਇੱਕ ਪਾਸੇ ਵਿਦਵਾਨਤਾ ਬਣਨਾ ਹੈ ਜੀ ਅਕਾਲੀ ਦਲ ਦੇ ਸਾਰੇ ਫੈਕਸ਼ਨ ਇਕੱਠੇ ਹੋ ਜਾਣ ਜਿਹੜੇ ਵੀ ਨੇ ਜਿਵੇਂ 1920 ਬਣ ਗਈ ਸੀ ਹੋਰ ਅ ਅਕਾਲੀ ਦਲ ਅੰਮ੍ਰਿਤਸਰ ਬਣ ਗਿਆ ਸੀ ਹੋਰ ਸੀਗੇ ਕਹਿੰਦੇ ਜੀ ਸਾਰੇ ਇਕੱਠੇ ਹੋ ਜਾਣ ਤੇ ਇਹਨਾਂ ਨੂੰ ਕਿਸੇ ਵੀ ਗੱਠ ਜੋੜ ਦੀ ਲੋੜ ਨਹੀਂ ਹੈਗੀ ਤੇ ਸਿੱਖ ਜਿਹੜੇ ਜਗਤ ਜਾਂ ਸਿੱਖਾਂ ਦੇ ਲਈ ਜਾਂ ਸਿੱਖ ਪੰਥ ਦੇ ਲਈ ਜੜੀਆਂ ਵੀ ਉਹਨਾਂ ਦੇ ਮੁੱਦੇ ਨੇ ਜੜੀਆਂ ਉਹਨਾਂ ਦੀ ਗੱਲਾਂ ਬਾਤਾਂ ਨੇ ਜੇ ਗਰੁੱਪ ਇਕੱਠੇ ਹੋ ਕੇ ਚੱਲਣ ਇੱਕ ਅਕਾਲੀ ਦਲ ਬਣ ਜੇ ਤਾਂ ਡੈਫੀਨੇਟਲੀ ਜ਼ਿਆਦਾ ਸਟਰੋਂਗ ਹੋ ਸਕਦਾ ਹੈ ਬਿਲਕੁਲ ਠੀਕ ਹੈ ਇਹੀ ਤਾਂ ਅਸੀਂ ਸਾਡੀ ਵੀ ਇਹੀ ਮੰਗ ਹੈ ਕਿ ਸੁਖਵੀਰ ਛੱਡੇ ਕਿਉਂਕਿ ਸਾਰੇ ਅਤਰਾਲ ਸਾਹਮਣੇ ਸੁਖਵੀਰ ਤੇ ਹੈ ਇਹ ਅਗਰ ਸੁਖਵੀਰ ਛੱਡਦੇ ਪ੍ਰਧਾਨਗੀ ਔਰ ਡੈਮੋਕਰੇਸੀ ਦੇ ਰੰਗ ਨਾਲ ਚੁਣੀ ਜਾਵੇ ਜੋ ਕਨਸਟੀਟਿਊਸ਼ਨ ਹੈ ਤੇ ਫਿਰ ਗੱਲ ਬਣਦੀ ਹੈ ਫਿਰ ਇਕੱਠੇ ਹੋ ਜਾਂਦੇ ਸਾਰੇ ਜੀ ਤੇ ਜਿੰਨੇ ਤੇ ਉਹ ਛੱਡਦਾ ਨਹੀਂ ਕਿਵੇਂ ਹੋ ਜਾਣੇ ਇਕੱਠੇ ਉਹਦੇ ਉਹਦੀ ਪ੍ਰਧਾਨਗੀ ਥੱਲੇ ਇਹਨਾਂ ਕੁਝ ਹੋ ਗਿਆ ਇੰਨੀ ਮਾੜੀ ਹਾਲਤ ਹੋ ਗਈ ਤੁਹਾਨੂੰ ਪਤਾ ਹੈ 2017 ਨੂੰ ਜਦੋਂ ਸੀ ਹਰਿਆਭੁਰੀ ਤਰ੍ਹਾਂ 5 15 ਜਿੱਤੇ ਸੀ ਤੇ ਉਦੋਂ ਮੈਂ ਕਿਹਾ ਸੀ ਕੋਰ ਕਮੇਟੀ ਚ ਕਿ ਸੁਵੀਰ ਸਿੰਘ ਤੌਰ ਤੇ ਦਾਇਰ ਕਰਦੇ ਅਸੀਂ ਵੱਡੇ ਬਾਦ ਸਾਹਮਣੇ ਬਣਾ ਲੈਨੇ ਆ ਲੇਕਿਨ ਉਹ ਨਹੀਂ ਮੰਨਿਆ ਹੂੰ ਮੈਨੂੰ ਕਹਿਣ ਲੱਗੇ ਆ ਕਿ ਜਦੋਂ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਚੰਗਾ ਸੀ ਤੇ ਹੁਣ ਮਾੜਾ ਹੋ ਗਿਆ ਮੈਂ ਕਿਹਾ ਠੀਕ ਆ ਪ੍ਰਦਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਦਾਨ ਨੂੰ ਕ੍ਰੈਡਿਟ ਜਾਂਦਾ ਪ੍ਰਦਾਨ ਨੂੰ ਡਿਸਕ੍ਰੈਡਿਟ ਜਾਂਦਾ ਜਦੋਂ ਤੂੰ ਚੰਗੇ ਕੰਮ ਕੀਤੇ ਤੇ ਲੋਕਾਂ ਨੇ ਤੈਨੂੰ ਸ਼ਾਬਾਸ਼ ਹੀ ਕਿਹਾ ਤੇ ਹੁਣ ਮਾੜੇ ਕੀਤੇ ਤਾਂ ਜ਼ੋਰਦਾਰ ਜਾਈਨ ਮੰਗਣਾ ਚਾਹੀਦਾ ਹਰੇਕ ਪਾਰਟੀ ਨੇ ਅੱਜ ਤੱਕ ਮੈਨੂੰ ਦੱਸੋ ਕੋਈ ਪਾਰਟੀ ਹੈ ਜਿਹਦੇ ਪ੍ਰਦਾਨ ਨੇ ਇੰਨੀ ਬੁਰੀ ਤਰ੍ਹਾਂ ਹੰਦ ਤੋਂ ਬਾਅਦ ਸਤਿਕਾਰ ਨਾ ਦਿੱਤਾ ਹੋਵੇ ਜੀ 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 ਫਿਕਰਲਾ ਉਹਨੇ ਨਹੀਂ ਦਿੱਤਾ ਜੀ ਟੈਂਸਰ ਸਾਹਿਬ ਜਿੱਥੋਂ ਤੱਕ ਗੱਲ ਕਰੀਏ ਜਿਹੜਾ ਹੁਣ ਇਵੋਲਵ ਹੋ ਰਿਹਾ ਨਵਾਂ ਇੱਕ ਜਥਾ ਜਿੱਥੇ ਤੱਕ ਨਵੀਂ ਇੱਕ ਪਾਰਟੀ ਦੀ ਗੱਲਾਂ ਬਾਤਾਂ ਉੱਪਰ ਕਿਆ ਰੀਆਂ ਨੇ ਅੰਮ੍ਰਿਤਪਾਲ ਹੁਣਾਂ ਦੀ ਗੱਲਬਾਤ ਚੱਲ ਰਹੀ ਹੈ ਸਰਜੀਤ ਖਾਲਸਾ ਹੁਣਾਂ ਦੀ ਗੱਲਬਾਤ ਚੱਲ ਰਹੀ ਹੈ ਉਹ ਵੀ ਇੱਕ ਧੜਾ ਇੱਕ ਗਰੁੱਪ ਜਿਹੜਾ ਹੈ ਉਹ ਇਕੱਠਾ ਹੋ ਰਿਹਾ ਬਾਰ-ਬਾਰ ਕਿਹਾ ਜਾ ਰਿਹਾ ਵੀ ਇੱਕ ਨਵਾਂ ਅਕਾਲੀ ਦਲ ਉੱਥੋਂ ਸ਼ਾਇਦ ਨਿਕਲ ਕੇ ਆ ਸਕਦਾ ਹੈ ਮੀਨਸ ਐਸ ਅਕਾਲੀ ਦਲ ਤੇ ਪਹਿਲੇ ਇੱਕ ਤਰ੍ਹਾਂ ਦਾ ਐਸਾ ਟੁੱਟ ਭੱਜ ਹੋਈ ਹੈ ਤੁਸੀਂ ਇੱਕ ਅਲੱਗ ਜਿਹਨੂੰ ਬਾਗੀ ਧੜਾ ਬਾਰ-ਬਾਰ ਤੁਹਾਨੂੰ ਲੋਕਾਂ ਨੂੰ ਕਿਹਾ ਜਾ ਰਿਹਾ ਪੁਕਾਰਿਆ ਜਾ ਰਿਹਾ ਤੇ ਉੱਥੇ ਖੜੇ ਆ ਉਹਦੇ ਬਾਅਦ ਇੱਕ ਹੋਰ ਗ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਨਹੀਂ ਲੱਗਦਾ ਕਿ ਸ਼ਾਇਦ ਜਿਹੜਾ ਵਖਰੇਵੇਂ ਉਹ ਵੱਧ ਰਹੇ ਆ ਜਦ ਕਿ ਕਿਸੇ ਤਰੀਕੇ ਦਾ ਜਿਹਨੂੰ ਕਹਿੰਦੇ ਨਾ ਕਿ ਕੋਈ ਫੈਵਿਕੋ ਲਾਣ ਦਾ ਜਿਸ ਦੇ ਨਾਲ ਕਿ ਇੱਕ ਦੂਜੇ ਨੂੰ ਅਟਰੈਕਟ ਕਰਕੇ ਇਕੱਠੋ-ਕੱਟ ਇੱਕ ਛੱਤ ਥੱਲੇ ਬੈਠਿਆ ਜਾ ਸਕੇ ਮੈਨੂੰ ਇਹ ਦੱਸੋ ਇਹ ਕੋਈ ਤਰੀਕਾ ਹੈ ਕਿ ਇੱਕ ਬੰਦੇ ਨੂੰ ਸਭ ਤੋਂ ਵੱਧ ਮੋਟਾ ਪੰਜਾਬ 'ਚ ਜਿੱਤਿਆ ਇੰਡੀਪੈਂਡੈਂਟ ਜਿੱਤਿਆ ਔਰ ਉਹਨੂੰ ਕਹਿ ਰਹੇ ਨੇ ਜੀ ਬੀਜਪੀ ਤੇ ਆਰਐਸਐਸ ਦਾ ਬੰਦਾ ਜੀ ਇਹਦੇ ਰਾਹੀਂ 플레이 ਕਰ ਰਿਹਾ ਜੀ ਇਹ ਪੋਜੀਸ਼ਨ ਜਿਹੜੇ ਸਾਡੇ ਬਗੀ ਨੇ ਅੱਜ ਤੱਕ ਮੈਨੂੰ ਦੱਸੋ ਉਹਨੂੰ ਇੱਕ ਜੇਲ੍ਹ ਚ ਸਿੱਟਿਆ ਹੋਇਆ ਦੂਰ ਐਡੀ ਬੱਡੀ ਜੇਲ੍ਹ ਚ ਔਰ ਉਹਦਾ ਪਰਿਵਾਰ ਨਹੀਂ ਮਿਲਣ ਜਾ ਸਕਦਾ ਕਿਉਂਕਿ ਦੂਰ ਬੜਿਆ ਤੇ ਇੱਕ ਲੜਾਈ ਇਹ ਰਹੀ ਕਿ ਇਹਦੇ ਇਕਲਪ ਜੋ ਕਿਹਦਾ ਲੜੇ ਲੇਕਿਨ ਇਹਦੇ ਇਹਨੂੰ ਐਡੀ ਨੂੰ ਸਿੱਟਣਾ ਬਹੁਤ ਮਾੜੀ ਗੱਲ ਹੈ ਇਹਦੇ ਇਹਨੂੰ ਤੇ ਇਹਦੇ ਸਾਥੀਆਂ ਨੂੰ ਤੇ ਜੇ ਉਹਨੂੰ ਇੰਨਾ ਕੁਝ ਹੋ ਰਿਹਾ ਹੈ ਉਨੇ ਖਿਲਾਫ ਇਹਨਾਂ ਕੁਝ ਹੋ ਰਿਹਾ ਤੇ ਉਹਨੂੰ ਕਹਿ ਰਹੇ ਨੇ ਵੀ ਯਾਰ ਅਸਤ ਤੇ ਇਹ ਪਲੇ ਕਰ ਰਹੇ ਨੇ ਉਹਨਾਂ ਦੇ ਮਹਾਰਾਣਾ ਅਰ ਮੈਂ ਕਹਿੰਦੇ ਜੀ ਕੀ ਜਿਹੜੇ ਹੈੱਡਕੁਆਰਟਰ ਇਹਨਾਂ ਦਾ ਕਿਹੜੀ ਜਗ੍ਹਾ ਹੈ 나ਗਪੁਰ ਅਕੇ 나ਗਪੁਰ ਤੋਂ ਨਾ ਸੰਤ ਨਾਗਪੁਰ ਨਹੀਂ ਪਤਾ ਹੈ ਕਿਤੇ ਜੀ ਹਾਂ 나ਜ ਤੱਕ ਦੇਖਿਆ 나ਗਪੁਰ ਨਾ ਸਾਡੀ ਕੋਈ ਸਾਂਝ ਹੈ ਸਾਡੀ ਬੀਜੇਪੀ ਨਾਲ ਸਾਂਝ ਸੀ ਸਾਰਿਆਂ ਦੀ ਸਾਂਝ ਸੀ ਹੂੰ ਉਹਦੇ ਚ ਮਹਾਰਾਜ ਸੀ ਜਦੋਂ ਸਾਰੀ ਦੁਨੀਆ ਇੱਕ ਪਾਸੇ ਸੀ ਕਿ ਸਾਰੇ ਕਹਿ ਰਹੇ ਸੀ ਕਿ ਵੀ ਜਿਹੜੇ ਐਕਟ ਬਣੇ ਨੇ ਉਹ ਮਾੜੇ ਨੇ ਔਰ ਉਹਨੂੰ ਕਿਸਾਨਾਂ ਦੇ ਖਿਲਾਫ ਨੇ ਜੀ ਤੇ ਉਹਨੂੰ ਤਾਂ ਪਾਸ ਕਰਾਏ ਨੇ ਜੀ ਜੀ ਔਰ ਬਾਦ ਸਾਹਿਬ ਤੋਂ ਵੀ ਬਿਆਨ ਦਵਾਇਆ ਕਿ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਨੇ ਹੂੰ ਤੇ ਉਹਦੋਂ ਤਾਂ ਬੀਜੇਪੀ ਚੰਗੀ ਸੀ ਤੇ ਹੁਣ ਬੀਜੇਪੀ ਬਹੁਤ ਮਾੜੀ ਹੋ ਗਈ ਜੀ ਮਹਾਰਾਜਾ ਵੀ ਇਹਨਾਂ ਨੂੰ ਜਦੋਂ ਇਹਨਾਂ ਦੇ ਫਿੱਟਾ ਤਾਂ ਉਹ ਤੋਂ ਚੰਗਾ ਹੈ ਜਦੋਂ ਨਹੀਂ ਫਿੱਟੋ ਉਹ ਤੋਂ ਮਾੜੀ ਗੱਲ ਹੈ ਜੀ ਜੀ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਆਰਐਸਐਸ ਦਾ ਕਿਹਾ ਜਾ ਰਿਹਾ ਹੈ ਕਿਸੇ ਤਰੀਕੇ ਦਾ ਪਰ ਤੁਸੀਂ ਕਨਸਟੀਟਿਊਸ਼ਨ ਨੂੰ ਜੇ ਦੇਖਿਆ ਜਾਵੇ ਕਿਉਂਕਿ ਕਿਤੇ ਨਾ ਕਿਤੇ ਵੱਖਵਾਦੀ ਇੱਕ ਪੈਮਾਨੇ ਦੇ ਵਿੱਚ ਅੰਮ੍ਰਿਤਪਾਲ ਨੂੰ ਰੱਖਿਆ ਗਿਆ ਸੀਗਾ ਰੱਖਿਆ ਜਾਂਦਾ ਹਜੇ ਵੀ ਜੇ ਤੁਸੀਂ ਖਬਰਾਂ ਸੁਰਖੀਆਂ ਦੇਖੋ ਤਾਂ ਉਹਨਾਂ ਨੂੰ ਜਿਹੜਾ ਹੈਗਾ ਵੱਖ ਪੈਮਾਨੇ ਦੇ ਵਿੱਚ ਵੱਖਵਾਦ ਦੇ ਪੈਮਾਨੇ ਦੇ ਵਿੱਚ ਰੱਖਿਆ ਜਾਂਦਾ ਹੈ ਜਾਂ ਉਹਨਾਂ ਤੇ ਜਿਹੜੀਆਂ ਲੱਗੀਆਂ ਨੇ ਧਾਰਾਵਾਂ ਉਹ ਐਂਟੀ ਨੈਸ਼ਨਲ ਲੱਗੀਆਂ ਉਹਦੇ باوجود ਕਨਸਟੀਟਿਊਸ਼ਨ ਨੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਸੰਵਿਧਾਨ ਦੇ ਨਾਲ ਉਹਨਾਂ ਨੇ ਚੋਣਾਂ ਜਿਹੜੀਆਂ ਉਹ ਲੜੀਆਂ ਔਰ ਚੋਣਾਂ ਲੜਨ ਦੇ ਬਾਅਦ ਉਹ ਮੈਂਬਰ ਪਾਰਲੀਮੈਂਟ ਬਣੇ ਹੁਣ ਐਜ਼ ਅ ਮੈਂਬਰ ਪਾਰਲੀਮੈਂਟ ਵੀ ਤੁਸੀਂ ਸਾਰਾ ਸਮਝ ਰੱਖਦੇ ਹੋ ਪੂਰੇ ਤਰੀਕੇ ਦੇ ਨਾਲ ਰਹਿ ਚੁੱਕੇ ਹੋ ਤੁਸੀਂ ਜਾਣਦੇ ਹੋ ਕਿ ਕੀ ਕੀ ਕਿਦਾ ਸਾਰਾ ਵਰਤਾਰਾ ਹੁੰਦਾ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਇਦਾਂ ਦੇ ਇਲਾਵਾ ਐਡਵਰਸ ਸਥਿਤੀਆਂ ਹੋਈਆਂ ਆਪਣੀਆਂ ਬਿਲਕੁਲ ਹੀ ਜਿਹੜੀਆਂ ਉਲਟ ਗੱਲ ਹੈਗੀ ਹੈ ਇੱਕ ਪਾਸੇ ਤਾਂ ਉਹਨਾਂ ਨੂੰ ਵੱਖਵਾਦੀ ਕਿਹਾ ਜਾ ਰਿਹਾ ਦੂਜੇ ਪਾਸੇ ਉਹਨਾਂ ਨੂੰ ਜੇਲ੍ਹ 'ਚ ਟੱਕਿਆ ਜਾ ਰਿਹਾ ਤੀਜੇ ਪਾਸੇ ਜਿਹੜਾ ਹੈਗਾ ਉਹ ਇਸ ਟਾਈਮ ਐਡੇ ਵੱਡੀ ਵੋਟ ਲੈ ਕੇ ਬੈਂਕ ਇਹ ਹੈ ਕਿ ਉਹਨਾਂ ਦਾ ਜੀ ਆਪਣੀ ਪ੍ਰੋਗਰਾਮ ਆਪਦਾ ਹੋਵੇਗਾ ਸਾਡਾ ਉਹਦੇ ਨਾਲ ਪ੍ਰੋਗਰਾਮ ਨਹੀਂ ਅਸੀਂ ਇਹ ਚਾਹੁੰਨੇ ਵੀ ਲੋਕਾਂ ਦੇ ਫਤਵੇ ਨੂੰ ਉਹ ਮੰਨਿਆ ਜਾਏ ਵੀ ਵਾ ਉਹਨਾਂ ਦੇ ਕੋਈ ਫਤਵਾ ਲੋਕਾਂ ਨਾਲ ਦਿੱਤਾ ਜੀ ਉਹਨੂੰ ਸਭ ਤੋਂ ਵੱਧ ਉਹ ਟਾਣ ਜਿੱਤੇ ਹੋ ਹੂੰ ਦਿਲ ਜਿ ਬੈਠਾ ਜਿੱਤੇ ਆ ਤੇ ਉਹਨੂੰ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਭਾਜਪੀ ਨੇ ਜਿਤਾਇਆ ਜਾਂ ਉਹਨੇ ਜਿਤਾਇਆ ਇਸ ਕਰਕੇ ਗੱਲਾਂ ਝੂਠ ਝੂੜ ਤੇ ਬਣਾਉਂਦੇ ਨੇ ਜੀ ਸਮਰਜੀਤ ਸਿੰਘ ਮਾਨ ਨਾਲ ਵੀ ਤਾਂ ਐਵੇਂ ਦੀ ਹੋਈ ਸੀ ਕਿ ਜਦੋਂ ਪਹਿਲੇ ਵੀ ਉਹ ਵੀ ਜੇਲ੍ਹ 'ਚ ਅਸੀਂ ਜੇਲ੍ਹ 'ਚ ਬੈਠੇ ਜਿੱਤੇ ਤੇ ਇਸ ਤਰ੍ਹਾਂ ਐਮਪੀ ਬਣ ਗਏ ਇਸ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਬੱਤਾ ਹੋਈਆਂ ਤੇ ਆਉਣ ਵਾਲੇ ਦਿਨਾਂ ਇਥੇ ਤੁਹਾਨੂੰ ਲੱਗਦਾ ਇੱਕ ਨਵਾਂ ਉਭਾਰ ਹੋਏਗਾ ਜਿਹੜਾ ਉਹ ਬਾਰ-ਬਾਰ ਕਹਿ ਰਹੇ ਨੇ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਵਾਂ ਕਲੀ ਦਲ ਦੀ ਗੱਲ ਬਾਰ-ਬਾਰ ਕਿਹਾ ਜਾ ਰਿਹਾ ਹੈ ਸਰਜੀਤ ਖਾਲਸਾ ਜਾਂ ਅੰਮ੍ਰਿਤਪਾਲ ਜਿਹੜੇ ਨੇ ਉਹਦੇ ਪ੍ਰਧਾਨ ਹੋ ਸਕਦੇ ਨੇ ਇਹ ਤਾਂ ਵਕਤ ਦੀ ਗੱਲ ਹੈ ਇਹ ਮੈਂ ਅੱਜ ਨਹੀਂ ਕਹਿ ਸਕਦਾ ਕੁਝ ਜੀ ਕਿਉਂਕਿ ਇਹ ਲੋਕਾਂ ਦੇ ਹੈ ਕਿ ਉਹ ਕੀ ਚਾਹੁੰਦੇ ਨੇ ਹਾਂ ਆਮ ਲੋਕਾਂ ਦੇ ਕਿਉਂਕਿ ਦੇਮੋਕ੍ਰੇਸੀ ਦੇ ਕਿ ਲੋਕਾਂ ਕਸ਼ਕਤੀ ਸਭ ਤੋਂ ਵੱਡੀ ਲੋਕਾਂ ਕਸ਼ਕਤੀ ਹੈ ਜੋ ਉਹ ਚਾਣਗੇ ਤੇ ਉਹਨੂੰ ਦੇ ਦੇਣਗੇ ਜੇ ਨਹੀਂ ਚਾਣਗੇ ਨਹੀਂ ਦੇਣਗੇ ਜੀ ਜੀ ਉਹਦੀ ਪਾਲਟੀਆਂ ਉਹ ਲੋਕ ਉਹਨਾਂ ਦੀ ਪਾਲਸੀ ਦੇਖਣਗੇ ਹਾਂ ਹਾਂ ਆ 300 ਸਾਬਕਾ ਜਿਹੜੇ ਜਥੇਦਾਰ ਅਕਾਲ ਤਖਤ ਦੇ ਰਹਿ ਚੁਕੇ ਨੇ ਭਾਈ ਰਣਜੀਤ ਸਿੰਘ ਉਹਨਾਂ ਨਾਲ ਵੀ ਸਾਡੀ ਪਿਛਲੇ ਦਿਨੀ ਗੱਲਬਾਤ ਹੋਈ ਸੀ ਉਹ ਕਹਿੰਦੇ ਜੀ ਅਕਾਲ ਤਖਤ ਵੱਲ ਹੁਣ ਦੇਖਿਆ ਜਾ ਰਿਹਾ ਕਿ ਉਹ ਕਿਸ ਤਰੀਕੇ ਦੀ ਜਿਹੜਿਆ ਹੈ ਫੈਸਲਾ ਲੈਂਦੇ ਨੇ ਕਿਉਂਕਿ ਫੈਸਲਾ ਕੌਣ ਕਢੀ ਹੈਗੀ ਇਸ ਟਾਈਮ ਵੇਖਣਾ ਪੈਗਾ ਵੀ ਉਹ ਕੀ ਫੈਸਲਾ ਲੈਂਦੇ ਨੇ ਕਿਉਂਕਿ ਸਾਰਾ ਸਿੱਖੀ ਦਾ ਦਾਰੂਮਦਾਰ ਜਿਹੜਾ ਹੈਗਾ ਔਰ ਜੇ ਵਿਦਵਾਨਾਂ ਨਾਲ ਵੀ ਗੱਲ ਕਰੀਏ ਤੇ ਉਹ ਕਹਿੰਦੇ ਐਸਜੀਪੀਸੀ ਵੀ ਬਹੁਤ ਇੰਪੋਰਟੈਂਟ ਹੈਗੀ ਹੈ ਕਿਉਂਕਿ ਐਸਜੀਪੀਸੀ ਤੋਂ ਹੀ ਸਿੱਖਾਂ ਦਾ ਜਿਹੜਾ ਨੁਮਾਇੰਦਾ ਕੋਈ ਨਿਕਲ ਕੇ ਬਾਹਰ ਆਂਦਾ ਹੈ ਹਮੇਸ਼ਾ ਜਿੱਥੋਂ ਜਦੋਂ ਵੀ ਐਸਜੀਪੀਸੀ ਹੀ ਇਵੋਲਵ ਕਰਦੀ ਹੈ ਕੋਈ ਲੀਡਰ ਕੌਣ ਹੋਏਗਾ ਪੂਰੇ ਸਿੱਖਾਂ ਦਾ ਪਰ ਦੂਸਰੇ ਪਾਸੇ ਅਕਾਲ ਤਖਤ ਵੱਲ ਐਸ ਵਾਰੀ ਐਸ ਵਾਰ ਟਾਈਮ ਉਹ ਕਹਿੰਦੇ ਵੀ ਅਕਾਲ ਤਖਤ ਤੇ ਜੇ ਹੈਗੇ ਹੈ ਦੇਖਣਾ ਪੈਗਾ ਜਥੇਦਾਰ ਸਾ ਲੰਦੇ ਕਿਸ ਤਰੀਕੇ ਦਾ ਫੈਸਲਾ আর دوسری گل انہوں نے خاص طور تے ਇਹ ਗਈ ਹੈ ਕਿ ਬੂਟ ਪਾਲਿਸ਼ ਪਿਛਲੀ ਵਾਰ ਕਰਵਾਏਗੇ ਚਿੱਟੇ ਬੂਟਾਂ ਨੂੰ ਕਾਲੇ ਕਰਕੇ ਆਗੇ ਐਵੇਂ ਦੀ ਹੀ ਸਜਾਇਤ ਇਸ ਵਾਰੀ ਵੀ ਲਈ ਜਾ ਸਕਦੀ ਹੈ ਸ਼ਾਇਦ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਮੈਂ ਅਕਾਲ ਤਖਤ ਸਾਹਿਬ ਦੇ ਕੁਝ ਨਹੀਂ ਕਿਹਾ ਸਣਾ ਲੇਕਿਨ ਸਾਡੀ ਵੀ ਇਹ ਲੜਾਈ 'ਚ ਇੱਕ ਇਹ ਵੀ ਮੁੱਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਨੂੰ ਕਿਸੇ ਤਰੀਕੇ ਨਾਲ ਉਹਨੂੰ ਇੰਡੀਪੈਂਡੈਂਟ ਬਣਾਇਆ ਜਾਏ ਅੱਜ ਕੱਲ੍ਹ ਤੱਕ ਤਨੂੰ ਜੇ ਪ੍ਰਧਾਨ ਆਪ ਦੇ ਕੋਠੀ ਬਲਾ ਕੇ ਫੈਸਲੇ ਕਰਾ ਸਕਦਾ ਹੈ ਤੇ ਇਹਨੂੰ ਮਾੜੀ ਗੱਲ ਕਿਹੜੀ ਹੋ ਸਕਦੀ ਆ ਸਾਡੀ ਇਹ ਹੈ ਕਿ ਇਹਨੂੰ ਇੰਡੀਪੈਂਡੈਂਟ ਬਣਾਇਆ ਜਾਏ ਇਹਨੂੰ ਸਿੱਖ ਮਰਿਆਦਾ ਦੇ ਮੁਤਾਬਕ ਬਣਾਇਆ ਜਾਏ ਸਾਡੀ ਇਹ ਵੀ ਇੱਕ ਮੰਗ ਆ ਜੀ 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 ਇਸ ਕਰਕੇ ਅਸੀਂ ਮੈਂ ਕਿਉਂਕਿ ਕੱਲ੍ਹ ਤੱਕ ਸਾਡੇ ਜਿਹੜਾ ਸਾਡੇ ਕੁਝ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਤੇ ਆ ਤੇ ਲੇਕਿਨ ਮੈਂ ਤੁਸੀਂ ਕਿਹਾ ਵੀ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਕਰੀ ਹੈ ਨਹੀਂ ਜੀ ਮੈਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੀ ਗੱਲ ਨਹੀਂ ਮੈਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਗੱਲ ਕੀਤੀ ਹੈ ਜੀ ਭਾਈ ਰਣਜੀਤ ਸਿੰਘ ਦੀ ਆਪਣੀ ਸੋਚ ਹੈਗੀ ਹੈ ਔਰ ਉਹਨਾਂ ਨੇ ਲੋਕਾਂ 'ਚ ਆਪਣੀ ਗੱਲ ਵੀ ਬਣਾਈ ਹੈ ਉਹ ਤੁਹਾਨੂੰ ਵਕਤ ਦੱਸੇ ਕਿ ਮੈਂ ਅੱਜ ਨਹੀਂ ਕਹਿ ਸਕਦਾ ਕੁਝ ਔਰ ਮੈਂ ਇੱਕ ਕਹਿਣਾ ਚਾਹਣਾ ਕਿ ਭਾਈ ਮਨਜੀਤ ਸਿੰਘ ਦੀ ਮੈਂ ਹੁਣੇ ਸੁਣ ਰਿਹਾ ਸੀ ਮਨੇ ਕਿਹਾ ਕਿ ਸੁਭਦੇਵ ਸਿੰਘ ਜੀ ਸੱਜੂੰਦਾ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਛੇ ਬੰਦਿਆਂ ਨੇ ਪੰਜ ਦੀ ਲੇਸ ਹੋ ਚੁੱਕੀ ਹੈ ਜਿਨ੍ਹਾਂ ਨੇ ਰੋਕਿਆ ਸੀ ਕਿ ਤੂੰ ਅਸੀਫਾ ਨਾਂਦੀ ਮੈਨੂੰ ਬਾਦ ਸਾਹਿਬ ਨੇ ਕਿਹਾ ਲੇਕਿਨ ਸਾਰੀ ਦੁਨੀਆ ਜਾਣਦੀ ਹੈ ਕਿਵੇਂ ਉਹਨੂੰ ਟੰਗਣਾ ਚਾਹੁੰਦੇ ਸੀ ਔਰ ਕਿਵੇਂ ਲੋਕਾਂ ਦੇ ਘੱਟ ਨੇ ਉਹਨਾਂ ਨੂੰ ਰੋਕਿਆ ਔਰ ਮੈਂ ਤੋਂ ਜ਼ਿਆਦਾ ਸਾਨੂੰ ਬੜਾ ਦੁੱਖ ਹੋਇਆ ਉਹਨੂੰ ਜਿੱਦਨ ਚਿੱਠੀ ਭੜਾਈ ਮੈਂ ਮੌਜੂਦ ਸੀ ਤੇ ਚਿੱਠੀ ਲੈ ਕੇ ਬਾਲ ਸਾਹਿਬ ਨੂੰ ਕਿਹਾ ਤੁਸੀਂ ਜਾ ਕੇ ਮਾਫੀ ਮੰਗ ਲਓ ਔਰ ਇਹ ਕਹਿ ਕੇ ਮੰਗੋ ਕਿ ਮੇਰੀ ਰਾਜ ਹੋਇਆ ਹੈ ਇਸ ਕਰਕੇ ਮੈਂ ਮਾਫੀ ਪਹੰਚ ਤੋ ਚਾਹਣਾ ਮੈਂ ਕੱਲ ਤੱਕ ਸਾਹਿਬ ਤੋਂ ਮਾਫੀ ਮੰਗਣਾ ਚਾਹਣਾ ਸੰਗਤ ਤੋਂ ਮਾਫੀ ਚਾਹਣਾ ਔਰ ਮੈਂ ਯਕੀਨ ਦਿਵਾਉਣਾ ਚਾਹਣਾ ਕਿ ਪੂਰਾ ਇਨਸਾਫ ਅਸੀਂ ਕਰਾਂਗੇ ਲੇਕਿਨ ਉਸ ਤੋਂ ਬਾਅਦ ਜੋ ਕੁਝ ਕੁਰਬਤ ਅਮਨਜੀਤ ਸਿੰਘ ਨੇ ਕੀਤਾ ਵਾਪਰ ਨੇ ਸਾਹਮਣੇ ਐ ਮੈਂ ਨਹੀਂ ਕਹਿਣਾ ਚਾਹੁੰਦਾ ਕੁਝ ਤੇ ਜੋ ਮੈਨੂੰ ਦੁਖੇ ਦੇ ਜੁਰ ਦਾ ਜਰੂਰ ਹੋਇਆ ਕਿ ਬਾਦ ਸਾਹਿਬ ਚਲੇ ਗਏ ਸਾਰੇ ਨਾਲ ਗੱਲ ਕਰਕੇ ਕਿ ਮੈਂ ਚਲਿਆ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਤੇ ਰਸਤੇ 'ਚ ਵਾਪਸ ਆ ਗਏ ਔਰ ਚਿੱਠੀ ਕਿਸੇ ਤਰ੍ਹਾਂ ਹੀ ਪੇਜੀ ਤੇ ਰਸਤੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਪਸ ਆ ਗਏ ਉਹ ਅਕਾਲ ਤਖਤ ਤੇ ਮਾਫੀ ਮੰਗਣ ਲਈ ਜਾਣ ਜਾ ਰਹੇ ਸੀਗੇ ਤੇ ਉੱਥੋਂ ਵਾਪਸ ਆ ਜਾਂਦੇ ਆ। ਉਹ ਵਾਪਸ ਆ ਗਏ ਔਰ ਕਿਸੇ ਦੇ ਹੱਥੋਂ ਭੇਜਦੀ ਚਿੱਠੀ। ਜੀ। ਸਾਨੂੰ ਦੁੱਖ ਬੜਾ ਆਇਆ ਸੀ ਕਿ ਆ ਵੀ ਕੀ ਗੱਲ ਇਹ ਉਹ ਕਹਿੰਦੇ ਜੀ ਮੈਂ ਸੋਚਿਆ ਮੈਂ ਚਿੱਠੀ ਦੇ ਦਾਂ ਮੈਂ ਕੀ ਕਰਨਾ ਤੇ ਅੱਜ ਪ੍ਰੋਫੈਸਰ ਮਨਜੀਤੂ ਕੋਲ ਹੋਈ ਤਰ੍ਹਾਂ ਗੱਲ ਕਰਦਾ। ਜੀ ਜੀ ਜੀ। ਜਿਹੜੀ ਹੈ ਜਿਹੜੀ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੱਚ ਕਿਵੇਂ ਪਤਾ ਲੱਗੇ ਕੌਣ ਤਸਦੀਕ ਕਰੇਗਾ ਕੌਣ ਤਸਦੀਕ ਕਰੇਗਾ ਮੈਂ बार-बार ਇਹ ਸਵਾਲ ਪੁੱਛ ਰਿਹਾ ਕਿ ਇਹ ਨਾ ਫੈਕਟਸ ਨੂੰ ਤਸਦੀਕ ਕੌਣ ਕਰੇਗਾ ਕਿਉਂਕਿ ਜੇ ਸਿੱਖ ਜਗਤ ਦੀ ਗੱਲ ਕਰੀਏ ਸਿੱਖ ਮੁੱਦਿਆਂ ਦੀ ਗੱਲ ਕਰੀਏ ਐਨੇ ਵੱਖਰੇਵੇਂ ਔਰ ਇਹਨਾਂ ਵੱਖਰੇਵਿਆਂ ਦੇ ਕਾਰਨ ਹੀ ਜਿਹੜੀਆਂ ਨੇ ਪਾਰਟੀਆਂ ਪਹਿਲੇ ਸਾਫ ਹੈ ਗੱਲ ਹੋਈ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਵੀ ਹੈ ਕਈ ਜਾਂਦੇ ਵਿਦਵਾਨ ਐਸ ਗੱਲ ਨੂੰ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਦਾ ਪੈਰ ਹੀ ਤਾਂ ਰੱਖਿਆ ਗਿਆ ਕਿਉਂਕਿ ਜਿਹੜੀਆਂ ਜਿੱਦਾਂ ਪੰਜਾਬ ਸਿੱਖਾਂ ਦੀ ਨੁਮਾਇੰਦਾ ਜ਼ਮਾਤ ਵਾਲੀ ਇੱਕ ਪਾਰਟੀ ਇੱਥੇ ਸੀਗੀ ਜਾਂ ਫਿਰ ਕਾਂਗਰਸ ਸੀਗੀ ਆਪਣੇ ਆਪਣੇ ਕਦੀ ਵੱਖਰੇਵੇਂ ਹੋ ਸਕਦੇ ਐ ਪਰ ਫਿਰ ਵੀ ਦੇਖੋ ਗੱਲ ਇਹ ਹੈ ਇਹਦਾ ਇੱਕੋ ਹੀ ਮਤਲੇ ਦਾ ਹੱਲ ਹੈ ਸਾਰੇ ਇਕੱਠੇ ਹੋ ਜਾਣਗੇ ਅਗਰ ਸੁਖਵੀਰ ਸਿੰਘ ਬਾਦਲ ਡਿਜ਼ਾਈਨ ਕਰਦੇ ਔਰ ਠੀਕ ਢੰਗ ਨਾਲ ਇਲੈਕਸ਼ਨ ਹੋ ਜੇ ਡੈਲੀਗੇਟ ਜਨ ਬਣਾਉਣ ਤੇ ਫਿਰ ਚੁਣਿਆ ਜਾਏ ਤੇ ਜਿਹਨੂੰ ਲੋਕ ਚੁਣਨਗੇ ਡੈਲੀਗੇਟ ਚੁਣਨਗੇ ਉਹੀ ਪ੍ਰਧਾਨ ਹੋ ਜੂ ਪੇਸ਼ ਕਰਕੇ ਉਸ ਨੂੰ ਡੈਮੋਕਰੇਟਿਕ ਢੰਗ ਨਾਲ ਇਹਨੂੰ ਬਦੀ ਡੈਮੋਕਰੇਟਿਕ ਪਾਰਟੀ ਕੋ ਹੋ ਨਹੀਂ ਸਕਦੀ ਜਿਹਦੇ ਚ ਕਰਨਾ ਹੈ ਤੇ ਅੱਜ ਇੱਕੋ ਹੀ ਬੰਦਾ ਜਿਹੜਾ ਸਾਰੇ ਫੈਸਲੇ ਲੈਂਦਾ ਮੈਂ ਹੈਰਾਨ ਹਾਂ ਕਿ ਉਹਨੂੰ ਡੈਮੋਕਰੇਸੀ ਦਾ ਪਤਾ ਹੀ ਨਹੀਂ ਜੀ ਸਭ ਜਿੱਥੋਂ ਤੱਕ ਗੱਲ ਕੀਤੀ ਜਾਏ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਪਰ ਤੁਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹੋ ਕਿ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦੇਣ ਤੇ ਇੱਕ ਕੋਈ ਨਵਾਂ ਪ੍ਰਧਾਨ ਬਣੇ ਮਤਲਬ ਨਾ ਨਾ ਕਰਦੇ ਹਜੇ ਵੀ ਉਸ ਪਾਰਟਿਕੂਲਰ ਗਰੁੱਪ ਜਿਹਦੇ ਪ੍ਰਧਾਨ ਇਸ ਟਾਈਮ 'ਚ ਜਿਸ ਕੋਰ ਕਮੇਟੀ ਆ ਜਿਸ ਇੱਕ ਗਰੁੱਪ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤੁਸੀਂ ਸਾਰੇ ਜਿਹੜੇ ਹਜੇ ਉਸੇ ਤੇ ਮਤਲਬ ਕਿ ਨਿਸ਼ਾਨਾ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਕਿ ਉਹਦੀ ਪ੍ਰਧਾਨਗੀ ਜਿਉਂ ਸਾਰੀ ਦਿਨੋਂ ਦੇ ਅਸੀਂ ਡਾਊਨ ਆ ਰਹੇ ਹਾਂ ਉਹਨੂੰ ਨਵੀਂ ਇਲੈਕਸ਼ਨ ਕਰਾ ਦੇ ਜੀ ਜੇ ਨਵੀਂ ਇਲੈਕਸ਼ਨ ਤੇ ਉਹਨੂੰ ਚੁਣ ਲੈਣਗੇ ਉਹ ਕਹਿੰਦਾ ਮੇਰੇ ਨਾਲ ਨੇ ਡੈਲੀਗੇਟ ਤੇ ਚੁਣ ਲੈਣ ਜੀ ਜੀ ਬਰਾੜ ਸਾਹਿਬ ਤਾਂ ਛੱਡਿਆ ਉਹਨਾਂ ਨੂੰ ਜਿਹੜਾ ਚਰਨਜੀਤ ਸਿੰਘ ਬਰਾੜ ਸੀ ਉਹ ਵੀ ਨਿਕਲ ਕੇ ਤੁਹਾਡੇ ਵੱਲ ਆਏ ਹੋਏ ਹਨ ਚਲੋ ਉਹ ਤਾਂ ਉਹ ਤਾਂ ਜਿਹੜੇ ਬੰਦੇ ਇਮਾਨਦਾਰੀ ਨਾਲ ਸੋਚਦੇ ਨੇ ਕਿ ਪਾਰਟੀ ਕਿੱਥੇ ਹੋਵੇ ਤੇ ਤਕਦੀ ਹੋਵੇ ਉਹਦੇ ਲਈ ਚੱਲ ਰਹੇ ਨੇ ਇਹ ਅਜੇ 300 ਸਾਬ ਤੁਸੀਂ ਅ ਇਦਾਂ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਉਹ ਇਵੋਲਵ ਹੋ ਰਹੀਆਂ ਨਵੀਆਂ ਪਾਰਟੀਆਂ ਸਾਰੀ ਟੇਕ ਜਿਹੜੀ ਹੈਗੇ ਜ਼ੋਰ ਸਿਰਫ ਇਹੀ ਲੱਗ ਰਿਹਾ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਉਤਰਨ ਆਪਣੀ ਉੱਥੋਂ ਹੀ ਪ੍ਰਧਾਨਗੀ ਤੋਂ ਕਰਨ ਨਹੀਂ ਨਹੀਂ ਮੇਰਾ ਕਹਿੰਦਾ ਮਤਲਬ ਹੈ ਕਿ ਕੋਈ ਆਪਣੇ ਹੱਥ ਤੋਂ ਤੁਹਾਡਾ ਜਿਵੇਂ ਧੜਾ ਅਲੱਗ ਹੋਇਆ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਨਵੀਂ ਇੱਕ ਪਾਰਟੀ ਤੁਹਾਡੇ ਚ ਇਵੋਲਵ ਨਹੀਂ ਹੋ ਸਕਦੀ ਕੀਤੀ ਸੀ ਤੁਸੀਂ ਆਲਰੇਡੀ ਪਾਰਟੀ ਫਿਰ ਮਰਜ ਕਰ ਦਿੱਤੀ ਅਜੀ ਇਹ ਨਹੀਂ ਕਹਿੰਦਾ ਮੈਂ ਕਹਿਣਾ ਮੈਂ ਕਹਣਾ ਵੀ ਜੋ ਹੋਰ ਕੋਈ ਸੁਖਾ ਸੀ ਤਾਂ ਚੁਣਿਆ ਅਸੀਂ ਤਾਂ ਸੁਖੀਰ ਨੂੰ ਬਣਾਇਆ ਸੀ ਪ੍ਰਧਾਨ ਕਿਹੜਾ ਪਤਾ ਸੀ ਵੀ ਇੰਨੀ ਬੁਰੀ ਹਾਲਤ ਹੋ ਜਾਏਗੀ ਪਾਰਟੀ ਦੀ ਉਹਦੀ ਪ੍ਰਧਾਨਗੀ ਦੇ ਥੱਲੇ ਤਿੰਨ ਐਮਐਲਏ ਨੇ ਹੁਣ ਸਾਡੇ ਜਿਹਦੇ ਜਿਹੜੇ ਦੋ ਆਪਣੀ ਹਿੰਮਤਾਂ ਜਿੱਤੇ ਨੇ ਮੈਨੂੰ ਇਹ ਨਹੀਂ ਪਤਾ ਤੀਜੇ ਤੀਜੇ ਦਾ ਕਿ ਉਹਨਾਂ ਨੇ ਕਿ ਕੋਈ ਬਿਕਨੂ ਜੀ ਬਿਕਨੂ ਆਪਣਾ ਆਪ ਦੇ ਰਾਕੇ ਸਭ ਨੂੰ ਪਤਾ ਵੀ ਉਹਦੀ ਹਿੰਮਤ ਆ ਗਈ ਉਹ ਬਹੁਤ ਪਾਪੂਲਰ ਆਪ ਦੇ ਰੀਜ ਇਸੇ ਤਰ੍ਹਾਂ ਯਾੜੀ ਸਾਹਿਬ ਆਪਣੇ ਇਲਾਕੇ ਵਿੱਚ ਆਪ ਪਪੂਲਰ ਰਹੇ ਤੇ ਉਹਨਾਂ ਨੇ ਕੋਈ ਇਕਾਲੀ ਦਾਦੀ ਫੋਟੋਨ ਲਈ ਕਦੇ ਇਕ ਕਾਲੀ ਕਿਸ ਨੂੰ ਬੁਲਾਇਆ ਨਹੀਂ ਨਾ ਸੁਵੀਰ ਦੀ ਲਾਈਨ ਅਪਤਾ ਇਸ ਕਰਕੇ ਮੈਂ ਸਮਝਦਾ ਇੱਕ ਐਮਐਲਏ ਸਾਡਾ ਹੈਗਾ ਤੇ ਉਸ ਐਮਐਲਏ ਦੇ ਦੇ ਜੇ ਹੁਣ ਵੀ ਤੁਸੀਂ ਕਹੋ ਵੀ ਪ੍ਰਧਾਨ ਉਹਨੂੰ ਰੱਖ ਕੇ ਫਿਰ ਫਿਰ ਪਾਰਟੀ ਚੱਲ ਸਕਦੀ ਨਹੀਂ ਪਾਰਟੀ ਕਿਸੇ ਵੀ ਕੀਮਤ ਤੇ ਸੂਬੇ ਦੀ ਪ੍ਰਧਾਨਗੀ ਥੱਲੇ ਨਹੀਂ ਚੱਲ ਸਕਦੀ ਔਰ ਡੈਮੋਕਰੇਟਿਕ ਢੰਗ ਨਾਲ ਦੁਬਾਰਾ ਚੁਣੇ ਹੋਵੇ ਔਰ ਚੋਣ ਤੋਂ ਬਾਅਦ ਭੱਤੀ ਹੋਵੇ ਪਹਿਲਾਂ ਤਾਂ ਭੱਤੀ ਹੋ ਕੇ ਡੈਲੀਗੇਟ ਚੁਣੇ ਜਾਣ ਡੈਲੀਗੇਟ ਨੇ ਫਿਰ ਡੈਲੀਗੇਟ ਬਣਨ ਔਰ ਉਸ ਤੋਂ ਬਾਅਦ ਉਹਨਾਂ ਪ੍ਰਧਾਨ ਚੁਣੇ ਜਾਵੇ ਕੋਈ ਚੁਣੇ ਜਾਵੇ ਸਾਨੂੰ ਇਹ ਨਹੀਂ ਹੈ ਕਿਉਂਕਿ ਮੈਂ ਤਾਂ ਪੋਲਿਟਿਕਸ ਛੱਡਤੀ ਮੇਰੇ ਤਾਂ ਉਹਨਾਂ ਕੋਈ ਸੰਬੰਧ ਨਹੀਂ ਮੈਂ ਤਾਂ ਨਾ ਕੈਂਡੀਡੇਟ ਕਿਸੇ ਚੀਜ਼ ਦਾ ਨਾ ਕੋ ਹੋਰ ਇਸ ਕਰਕੇ ਮੇਰਾ ਤਾਂ ਆਪਣਾ ਛੱਡਿਆ ਹੋਇਆ ਤਾਰਕ ਤੁਸੀਂ ਵਾਕਈ ਪੋਲਿਟਿਕਸ ਛੱਡਤੀ ਬਿਲਕੁਲ ਛੱਡਤੀ ਹਾਂ ਹੁਣ ਜਿਹੜਾ ਰਹਿੰਦਾ ਖੁਦ ਤੁਸੀਂ ਉਹਨੇ ਕੱਢ ਕੇ ਛੱਡਤੀ ਟੀਨਸਰ ਸਾਹਿਬ ਜਿਹੜੇ ਤੁਸੀਂ ਡੈਲੀਗੇਟਸ ਨੂੰ ਨੇ ਜਾਂਦੀ ਹਰ ਚੀਜ਼ ਦੀ ਗੱਲਬਾਤ ਕਰ ਰਹੇ ਹੋ ਪਰ ਜੇ ਬਹੁਤ ਬਰੀਕ ਬਿਨੀ ਨਾਲ ਦੇਖਿਆ ਜਾਵੇ ਇਸ ਟਾਈਮ ਜਿਹੜੀ ਸਿਚੁਏਸ਼ਨ ਹੈਗੀ ਹੈ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਬਾਗੀ ਟੜਵਕ ਹੋ ਜਾਂਦਾ ਹੈ ਅਕਲ ਤੱਕ ਤੇ ਚਲੇ ਜਾਂਦਾ ਹੈ ਉਧਰ ਪਾਪਾ ਫੁਰੀਆਂ ਨਵੀਆਂ ਜਿਹੜੀਆਂ ਸਥਿਤੀਆਂ ਨੇ ਉਹਦੇ ਵਿੱਚ ਇੱਕ ਸ਼ਖਸ ਹੈ ਜਿਹੜਾ ਬਿਲਕੁਲ ਚੁੱਪ ਹੈ ਜਿਹੜਾ ਕਾਫੀ ਐਕਟਿਵ ਰਿਹਾ ਹੈ ਔਰ ਉਹਨਾਂ ਦਾ ਨਾਮ ਹੈ ਵਿਕਰਮ ਸਿੰਘ ਮਜੀਠੀਆ ਉਹ ਚੁੱਪ ਕਿਉਂ ਹੈ ਤੁਹਾਨੂੰ ਸਮਝ ਆਉਂਦੀ ਹੈ ਉਸ ਚੀਜ਼ ਦੀ ਨਹੀਂ ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕੀ ਹੈ ਉਹਦੀ ਮਨ ਚ ਕੀ ਹੈ ਸੋਚਿਆ ਕੀ ਹੈ ਨਹੀਂ ਉਹ ਬਾਕੀ ਬਕਰੀ ਗੱਲ ਹੈ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸੁਖਵੀਰ ਨੇ ਪ੍ਰਦਾਨ ਕੀ ਰੱਖਣੀ ਹੁੰਦੀ ਤੇ ਉਹਨੂੰ ਡਿਕਟੇਟਰਾਂ ਤਰੀਕੇ ਨਾਲ ਔਰ ਇਸ ਤਰੀਕੇ ਨਾਲ ਕਿ ਉਹਨੂੰ ਇੰਨੀ ਦੇਰ ਦੀ ਲਖਣ ਨਹੀਂ ਨਹੀਂ ਹੋਈ ਇਲیکشن ਕਰਾਉਣੀ ਚਾਹੀਦੀ ਹੈ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜਾ ਇੱਕ ਐਸਜੀਪੀਸੀ ਦਾ ਵੀ ਕੋਈ ਨਾਤਾ ਹੈਗਾ ਇਸ ਦੇ ਨਾਲ ਕਿਉਂਕਿ ਪਾਰਟੀ ਦੀ ਇਕਵਾਲਵ ਹੋਣਾ ਹੈਗੀ ਹੈ ਕਿਉਂਕਿ ਬੁੱਧੀਆਂ ਜੀਵੀਆਂ ਦਾ ਬਾਰ-ਬਾਰ ਇਹੀ ਕਹਿਣਾ ਹੈ ਕਿ ਐਸਜੀਪੀਸੀ ਬਹੁਤ ਜ਼ਰੂਰੀ ਚੀਜ਼ ਹੈ ਔਰ ਐਸਜੀਪੀਸੀ ਚੋ ਬਾਹਰ ਹੋ ਕੇ ਜਿਹੜਾ ਨੇਤਾ ਬਾਹਰ ਆਣਾ ਹੈ ਉਹ ਸਿੱਖਾਂ ਦਾ ਨੁਮਾਇੰਦਾ ਨੇਤਾ ਹੋਏਗਾ ਇਸ ਟਾਈਮ ਲੀਡਰਲੈਸ ਹੋਈ ਪਈ ਹੈ ਕੌਮ ਬਿਲਕੁਲ ਕੌਮ ਲੀਡਰਲੈਸ ਹੋਈ ਪਈ ਹੈ ਕੌਮ ਕੋਲ ਕੋਈ ਇਸ ਟਾਈਮ ਕਿਸੇ ਤਰੀਕੇ ਦਾ ਲੀਡਰ ਨਹੀਂ ਹੈਗਾ ਸਰਕਾਰਡ ਲੀਡਰ ਨਹੀਂ ਹੈਗਾ ਜਿਹੜਾ ਕਿ ਉਹਨਾਂ ਨੂੰ ਨੁਮਾਇੰਦਗੀ ਦੇ ਸਕੇ ਨਹੀਂ ਸਰਕਾਰਡ ਲੀਡਰ ਨਿਕਲ ਸਕਦਾ ਕੋਈ ਇਹ ਨਹੀਂ ਹੈ ਕਿ ਲੀਡਰ ਘਰੇ ਪੈਦਾ ਹੁੰਦੇ ਆ ਆਪ ਆਪਣੇ ਲੀਡਰ ਨੂੰ ਲੋਕ ਹੀ ਚੁਣਦੇ ਆ ਜਦੋਂ ਮੈਂ ਇਹ ਕਹਿਣਾ ਵੀ ਉਹਨੂੰ ਚੁਣ ਲੈਣ ਜਿੰਨੂੰ ਮਰਜ਼ੀ ਹੈ ਤੇ ਲੇਕਿਨ ਉਹਨੂੰ ਡੈਮੋਕਰੇਟਿਕ ਤਾਂ ਨਾਲ ਪਹਿਲਾਂ ਭੜਤੀ ਹੋਵੇ ਡੈਲੀਗੇਟ ਚੁਣੇ ਜਾਣ ਡੈਲੀਗੇਟ ਆਪਣਾ ਪ੍ਰਧਾਨ ਚੁਣਨ ਔਰ ਜਿਹਨੂੰ ਚੁਣ ਲੈਣਾ ਉਹੀ ਲੀਡਰ ਬਣ ਜਾਏਗਾ ਜਿਹੜੇ ਨੌਜਵਾਨ ਲੀਡਰ ਨੇ ਤੁਹਾਡੇ ਵਿੱਚ ਵਿੱਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਚਾਹ ਮਤਲਬ ਉਹ ਤੜਾ ਹੈ ਜਾਂ ਸੇਮ ਹੁਣ ਥੋੜਾ ਬਹੁਤਾ ਜਿਹੜਾ ਹੈ ਉਹ ਵੱਖ-ਵੱਖ ਹੋਏ ਹਨ ਪਰ ਜਿਹੜੇ ਨੌਜਵਾਨ ਲੀਡਰ ਤੁਰੇ ਜਾ ਰਹੇ ਨੇ ਜਿਹੜੇ ਹਜੇ ਯੂਥ ਹੈ ਤੁਹਾਡਾ ਉਹ ਯੂਥ बार-बार ਇਹ ਗੱਲ ਕਹਿ ਰਿਹਾ ਹੈ ਵੀ ਹੁਣ ਜਿੰਨੇ ਵੀ ਇੱਕ ਪਾਰਟਿਕੂਲਰ ਏਜ ਤੋਂ ਸੀਨੀਅਰ ਟੂ ਸੀਨੀਅਰ ਹੈਗੇ ਨੇ ਠੀਕ ਹੈ ਉਹ ਸਾਡੇ ਤੇ ਇੱਕ ਤਰੀਕੇ ਦਾ ਸਰਪ੍ਰਸਤ ਬਣ ਕੇ ਰਹਿਣ ਸਾਰੇ ਸਰਪ੍ਰਸਤੀ ਤਰੀਕੇ ਦੇ ਨਾਲ ਨੁਮਾਇੰਦਗੀ ਸਾਨੂੰ ਦੇਣ ਸਾਨੂੰ ਸਲਾਹ ਦੇਣ ਮਸ਼ਵਰਾ ਦੇਣ ਸਾਨੂੰ ਗਾਈਡੈਂਸ ਚਾਹੀਦੀ ਹੈ ਕਿਉਂਕਿ ਕੋਈ ਵੀ ਜਿਹੜਾ ਇੱਕ ਗਰੁੱਪ ਹੈਗਾ ਜਾਂ ਘਰ ਵੀ ਦੇਖਿਆ ਜਾਏ ਤੇ ਕਿਸੇ ਬਜ਼ੁਰਗ ਦੇ ਜਾਂ ਕਿਸੇ ਵੱਡੇ ਸਲਾਹਕਾਰ ਤੋਂ ਬਿਨਾਂ ਠੀਕ ਦਿਸ਼ਾ 'ਚ ਨਹੀਂ ਚੱਲ ਸਕਦਾ ਪਰ ਉਹ ਕਹਿੰਦੇ ਜੀ ਹੁਣ ਜਿਹੜੀਆਂ ਚੀਜ਼ਾਂ ਨੇ ਯੂਥ ਦੇ ਹੱਥਾਂ 'ਚ ਦੇ ਦੇਣੀਆਂ ਚਾਹੀਦੀਆਂ ਨੇ ਹਰ ਹਾਲ ਦੇ ਵਿੱਚ ਜਿਹੜੇ ਚਾਹੇ ਪ੍ਰਧਾਨ ਬਣਾਣੇ ਹੈ ਕੋਰ ਕਮੇਟੀ ਦੇ ਮੈਂਬਰ ਬਣਾਣੇ ਹੈ ਚਾਹੇ ਡੈਲੀਗੇਟਸ ਨੇ ਉਹਨਾਂ ਚ ਜ਼ਿਆਦਾ ਯੂਥ ਹੋਣਾ ਚਾਹੀਦਾ ਕਿਉਂਕਿ ਵੋਟਰ ਵੀ ਜਿਹੜਾ ਹੈਗਾ ਹੁਣ ਸਾਡਾ ਘਟੋ-ਘਟ ਜ਼ਿਆਦਾ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਵੋਟਰ ਜਿਹੜਾ ਹੈ 60-65% ਵੋਟਰ ਜਿਹੜਾ ਉਹ ਇਸ ਟਾਈਮ ਯੂਥ ਹੈਗਾ ਜਿਨਨੇ ਕਿ ਵੋਟ ਕਰਨੀ ਹੁੰਦੀ ਹੈ। ਵੋਟਰੀ ਤੇ ਚਾਹੁੰਦਾ ਇਹ ਨੌਜਵਾਨ ਤੇ ਇਹ ਤੇ ਚਾਹੁੰਦਾ। ਹੋਰ ਅਸੀਂ ਇਹ ਕਮੇਟੀ ਚ ਸੀਨੀਅਰ ਬੰਦਾ ਕੋਈ ਲੈ ਹੀ ਨਹੀਂ। ਸਾਰੇ ਕਮੇਟੀ ਬਡਾਲੇ ਨੂੰ ਲੈ ਕੇ ਚੇਅਰਮੈਨ ਬਣਾਇਆ ਔਰ ਕਨਵੀਨਰ ਬਣਾਇਆ। ਅਰੇ ਸੋ ਲਾਵਾ ਉਹਨਾਂ ਨਾਲ ਜਿਹੜੇ ਲਾਏ ਨੇ ਉਹ ਤਕਰੀਬਨ ਤਕਰੀਬਨ ਨਾਨ ਕੰਟਰੋਵਰਸ਼ਨ ਨੇ ਸਾਰੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਵੀਂ ਜਨਰੇਸ਼ਨ ਆਵੇ ਨੌਜਵਾਨ ਹੋਣ ਨੌਜਵਾਨ ਹੋਣ ਅਸੀਂ ਤੋੜੀਏ ਨਾਲ ਜੀ ਜਿਹੜੀ ਕਮੇਟੀ ਦੀ ਤੁਸੀਂ ਗੱਲ ਕੀਤੀ ਉਹ ਹੁਣ ਕੰਮ ਕਿਵੇਂ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੰਮ ਕਾਜ ਹੋਏਗਾ ਕੰਮ ਤਾਂ ਸਰਦਾਰ ਲਈ ਸਰਦਾਰ ਕਰਨਾ ਹੈ ਨਹੀਂ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਜਾਣ ਬਤ ਰੱਖੋਗੇ ਦੇਖੋ ਪਹਿਲਾਂ ਤਾਂ ਅਸੀਂ ਸੈਮੀਨਾਰ ਸ਼ੁਰੂ ਕੀਤੇ ਨੇ ਜੀ ਬੁੱਧੀਜੀਵੀ ਦੇਣ ਕੇ ਰਹਾ ਕੀ ਕਰਨਗੇ ਉਹ ਸੈਮੀਨਾਰ ਸੈਮੀਨਾਰ ਨਹੀਂ ਹੋ ਸਕਦੀ ਫਿਰ ਅਸੀਂ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਦੀ ਵਰ੍ਹੇ ਸਿ ਮਨਾ ਰਹੇ ਆ ਕਿਸੇ ਦਾ ਜਨਮ ਦਿਨ ਮਨਾ ਰਹੇ ਆ ਟੋੜਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਚੰਦਰ ਚੰਦ ਸਿੰਘ ਲੰਗਵੜ ਦੀ ਵਰ੍ਹੇ ਮਨਾ ਰਹੇ ਆ ਉਹਦੇ ਚ ਲੋਕਾਂ ਨੂੰ ਜਾਗਰੂ ਕਰਾਂਗੇ ਭਈ ਆਓ ਇਕੱਠੇ ਹੋ ਤੇ ਅਸੀਂ ਸੁਧਾਰ ਕਰੀਏ ਉਹਦੇ ਜ਼ਿੰਦਾਰੀ ਅਸੀਂ ਕਰਾਂਗੇ ਮੀਟਿੰਗ 외ਲਾਵਾ ਸੈਮੀਨਾਰ ਦੀ ਲਾਈਨ ਐਂਡ ਲੈਂਥ ਕੀ ਰੱਖੋਗੇ ਕਿਉਂਕਿ ਬਾਰ ਬਾਰ ਇਹ ਗੱਲਾਂ ਅੱਜ ਦੀਆਂ ਨਹੀਂ ਬਹੁਤ ਟਾਈਮ ਤੋਂ ਪਹਿਲੇ ਈਵਨ ਸੁਖਵੀਰ ਬਾਦਲ ਹੋਰਾਂ ਨੇ ਵਿਕਰਮ ਮਜੀਠੀਆ ਕੇ ਸੈਮੀਨਾਰ ਚ ਬੈਠੇ ਸੀਗੇ ਇੱਥੇ ਚੰਡੀਗੜ੍ਹ ਚ ਸੈਮੀਨਾਰ ਯੂਨੀਵਰਸਿਟੀ ਚ ਹੋਇਆ ਸੀਗਾ ਉਹ ਵੀ ਕਹਿੰਦੇ ਸੀ ਕਿ ਬੁੱਧੀਜੀਵੀਆਂ ਨੂੰ ਅਸੀਂ ਇਕੱਠਾ ਕਰਾਂਗੇ ਉਹਨਾਂ ਤੋਂ ਅਸੀਂ ਸਲਾਹਾਂ مشਵਰੇ ਲਵਾਂਗੇ ਕਿਉਂਕਿ ਬੁੱਧੀਜੀਵੀ ਜਾਂ ਜਿਹੜੇ ਆਲਰੇਡੀ ਮਤਲਬ ਸਿੱਖ ਖਬਰਾਂ ਨੂੰ ਸਿੱਖ ਸਿਆਸਤ ਨੂੰ ਬਹੁਤ ਨੇੜਤਾ ਦੇ ਨਾਲ ਪੜ ਲਿਖ ਸੁਣ ਰਹੇ ਨੇ ਜਾਂ ਉਹਦੇ ਤੇ ਆਪਣੇ ਐਨਾਲਿਸਿਸ ਵਿਸ਼ਲੇਸ਼ਣ ਦੇ ਰਹੇ ਨੇ ਉਹਨਾਂ ਸਭ ਦੀ ਇੱਕ ਲੰਮਾ ਆਪਣਾ ਤਜਰਬਾ ਹੈਗਾ ਉਹ ਰਾਉਂਡ ਦ ਕਾਰਨਰ ਬੈਠ ਕੇ ਦੇਖ ਰਹੇ ਨੇ ਕਿ ਚੀਜ਼ਾਂ ਕਿਸ ਤਰੀਕੇ ਦੇ ਨਾਲ ਹੋ ਰਹੀਆਂ ਨੇ ਉਹ ਵੱਖ-ਵੱਖ ਵੀ ਕੈਟੇਗੋਰਿਕਲੀ ਦੇਖ ਸਕਦੇ ਨੇ ਤੇ ਉਸ ਦੇ ਨਾਲ ਉਹਨਾਂ ਦੇ ਆਪਣੇ ਆਪਣੇ ਜਿਹੜੇ ਨੇ ਉਹਦੇ ਚ ਅਨਾਲਿਸਿਸ ਵੀ ਨਿਕਲ ਕੇ ਆਉਂਦੇ ਨੇ ਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਉਹ ਬੁੱਧੀ ਜੀਵਿਆਂ ਦੇ ਕਿੱਦਾਂ ਦੇ ਸੈਮੀਨਾਰ ਕਿੱਥੇ-ਕਿੱਥੇ ਕਿਵੇਂ ਕੰਡਕਟ ਕਰੋਗੇ ਤੁਸੀਂ ਜੀ ਬਹੁਤ ਵੱਖਰੀ ਜਗ੍ਹਾ ਕਰਾਂਗੇ ਪਹਿਲਾ 5 ਤਾਰੀਖ ਨੂੰ ਕੱਲ ਨੂੰ ਹੀ ਹੈ ਔਰ ਕੱਲ ਨੂੰ ਹੋਣੇ ਸੈਮੀਨਾਰ ਅਸੀਂ ਬੁੱਧੀਜੀਵੀ ਨੇ ਜਿੰਨੇ ਉਹ ਹੀ ਕਰਨਗੇ ਤੇ ਇਸ ਕਰਕੇ ਉਹ ਟਾਈਮ ਆ ਰਿਹਾ ਹੈ ਨਾ ਅਸੀਂ ਉਹਨਾਂ ਲੋਕਾਂ ਤੋਂ ਅੱਗੇ ਤੋਰ ਉਹਨਾਂ ਦੀ ਰੈ ਲੈ ਕੇ ਤੁਰਾਂਗੇ ਔਰ ਉਹਦਾ ਸੁਧਾਰ ਪਾਰਟੀ ਦਾ ਲਿਆਵਾਂਗੇ ਤੁਸੀਂ ਆਪਣੀ ਪੂਰੇ ਜੀਵਨ ਕਾਲ ਦੇ ਵਿੱਚ ਸਿਆਸਤ ਵੀ ਦੇਖੀ ਤੁਸੀਂ ਅਕਾਲੀ ਦਲ ਅਕਾਲੀ ਦਲ ਨੂੰ ਤੁਸੀਂ ਕਿੱਥੋਂ ਤੋਂ ਕਿੱਥੋਂ ਆਂਦੇ ਦੇਖਿਆ ਉਹਦੇ ਕੁਝ ਚ ਜਿਹੜੀਆਂ ਗੱਲਾਂ ਨੇ ਤੁਸੀਂ ਜਿਹੜੀਆਂ ਵਧੀਆ ਸੀਗੀਆਂ ਉਹ ਅਡਿਟੂਰੇਸ਼ਨ ਤਾਂ ਦੇਖ ਰਹੇ ਆਂ ਆਲਰੇਡੀ ਬਾਰ-ਬਾਰ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਨੂੰ ਲੱਗਦਾ ਕਿ ਜਿਹੜੀਆਂ ਵਧੀਆਂ ਗੱਲਾਂ ਨੇ ਉਹ ਕਿਵੇਂ ਚੁਣ ਕੇ ਤੁਸੀਂ ਅੱਜ ਵੀ ਆਪਣੇ ਕੋਲ ਰੱਖ ਸਕਦੇ ਹੋ ਜਾਂ ਜਿਹੜਾ ਧੜਾ ਉੱਪਰ ਕੇ ਆ ਰਿਹਾ ਉਹਨੂੰ ਰੱਖਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਸਿੱਖ ਕੌਮ ਦਾ ਕੁਝ ਜਿਹੜਾ ਹੈ ਉਹ ਪੱਕ ਪੂਰਿਆ ਜਾ ਸਕੇ ਇਸੇ ਕਰਕੇ ਅਸੀਂ ਕਰ ਰਹੇ ਆਂ ਕਿ ਸੈਮੀਨਾਰ ਸੈਮੀਨਾਰ ਦਾ ਮوضوع ਕੀ ਹੈ ਨਹੀਂ ਤੁਹਾਡੇ ਕੋਲ ਮਤਲਬ ਮੈਂ ਕਹ ਰਹੀ ਸੀ ਕਿ ਅਕਾਲੀ ਦਲ ਦੀਆਂ ਪਹਿਲੇ ਦੀਆਂ ਜਿਹੜੀਆਂ ਕਿਹੜੀਆਂ ਗੱਲਾਂ ਪੁਆਇੰਟਸ ਉਹ ਗੱਲ ਚੁਣਨੋਂ ਮੈਂ ਇੰਡੀਪੈਂਡੈਂਟ ਜਿੱਤ ਕੇ ਪਾਰਟੀ ਜੁਆਇਨ ਕੀਤੀ ਹੈ ਉਹਦਾ ਤਾਂ ਸਰਕਾਰ ਨਹੀਂ ਸੀ ਬਣਨੀ ਜੀ ਉਹਦਾ 23 24 ਮੈਂਬਰੀ ਸੀ ਸਾਰੇ ਹਾਂ ਇਸ ਕਰਕੇ ਕਿਉਂਕਿ ਇਹਦੀਆਂ ਪਾਲਿਸੀਆਂ ਚੰਗੀਆਂ ਲੱਗੀਆਂ ਮੈਨੂੰ ਜੀ ਜੀ ਇੱਕ ਇਕੱਲਾ ਪਾਰਟੀ ਸੀ ਜਿਹੜੀ ਲੜ ਰਹੀ ਸੀ ਪੰਜਾਬ ਨਾਲ ਹਾਂ ਪੰਜਾਬ ਨਾਲ ਮੋੜ ਤੇ ਲਾ ਰਹੀ ਸੀ ਪੰਜਾਬੀ ਦੇ ਇਸ ਕਰਕੇ ਇਹ ਲੱਗਿਆ ਵੀ ਇਹ ਪੰਜਾਬ ਲਈ ਕੁਝ ਕਰ ਰਹੇ ਨੇ ਇਸ ਕਰਕੇ ਅਸੀਂ ਮੈਂ ਸ਼ਰੂਮ ਨਿਕਾਲੀ ਦਲ ਜੁਆਇਨ ਕੀਤਾ ਜੀ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਮਿਲ ਕੇ ਇਹਨੂੰ ਜਿਹੜਾ ਹੈਗਾ ਸ਼੍ਰੋਮਣੀ ਕਾਲੀ ਦਰ ਨੂੰ ਖੜਾ ਕਰੀਏ ਔਰ ਖੜਾ ਕਰਕੇ ਔਰ ਇਹਨੂੰ ਡੈਮੋਕਰੇਟਿਕ ਟੈਂਗ ਨਾਲ ਜਪਰ ਦਾਂ ਚੁੜਿਆ ਜਾਏ ਤੇ ਸਾਰਿਆਂ ਨੂੰ ਨੌਜਵਾਨ ਆਪਣੇ ਆਪ ਹੀ ਆ ਜਾਣਗੇ ਕਿ ਜੀ ਕੋਈ ਐਸੀ ਯਾਦ ਕੋਈ ਐਸੀ ਚੀਜ਼ਾਂ ਬਹੁਤ ਹੁਣੇ ਅਸੀਂ ਗੱਲਬਾਤ ਕੀਤੀ ਹੈ ਸੁਖਦੇਵ ਸਿੰਘ ਢੀਂਸਾ ਜਿਹੜੇ ਕਿ ਸਰਪ੍ਰਸਤ ਸੀਗੇ ਅਕਾਲੀ ਦਲ ਬਾਦਲ ਗਰੁੱਪ ਦੇ ਪਰ ਉਹਦੇ ਬਾਅਦ ਪਿਛਲੇ ਦਿਨੀ ਇਹਨਾਂ ਤੋਂ ਸਰਪ੍ਰਸਤੀ ਵਾਪਿਸ ਲੈ ਲਈਤੀ ਗਈ ਔਰ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਵੀ ਵਿਦਾ ਕਰ ਦਿੱਤਾ ਗਿਆ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸੀ ਜਿਨ੍ਹਾਂ ਨੂੰ ਕੀ ਪਾਰਟੀ ਚੋਂ ਬਾਏ ਬਾਏ ਕਰ ਦਿੱਤੀ ਗਈ ਪਰ ਗੱਲ ਉੱਥੇ ਆ ਕੇ ਖੜੀ ਹੁੰਦੀ ਹੈ ਕਿ ਜੇ ਕੋਈ ਸਵਾਲ ਖੜੇ ਹੁੰਦੇ ਆ ਤੇ ਉਹਨਾਂ ਦੇ ਜਵਾਬ ਵੀ ਆਣੇ ਚਾਹੀਦੇ ਉਸੇ ਤਰੀਕੇ ਦੇ ਨਾਲ ਜਿਹੜੀ ਖਲਬੁਲਾਹਟ ਐ ਇਸੇ ਅਕਾਲੀ ਦਲ ਦੇ ਵਿੱਚ ਮੱਚੀ ਹੋਈ ਹੈ ਜ਼ਰੂਰੀ ਨੇ ਕਿਉਂਕਿ ਗੱਲਾਂ ਜਿਹੜੀਆਂ ਨੇ ਉਹ ਪੂਰੇ ਦੇ ਪੂਰੇ ਇੱਕ ਸਿੱਖ ਜਗਤ ਦੀਆਂ ਨੇ ਜੇ ਕੁਝ ਚੀਜ਼ਾਂ ਹੋ ਰਹੀਆਂ ਨੇ ਟੁੱਟਭੱਜ ਹੋ ਰਹੀ ਹੈ ਤੇ ਉਸ ਟੁੱਟਭੱਜ ਦਾ ਜਵਾਬ ਕੌਣ ਦੇਗਾ ਨਾ ਨਾ ਕਰਦੇ ਜੇ ਬੁੱਧੀਜੀਵੀਆਂ ਦੀ ਗੱਲ ਕੀਤੀ ਜਾਵੇ ਜੇ ਗੱਲ ਕੀਤੀ ਜਾਵੇ ਇੱਕ ਥਾਟ ਦੀ ਇੱਕ ਸੋਚ ਦੀ ਤੇ ਉਸ ਸੋਚ ਦਾ ਇਹੀ ਕਹਿਣਾ ਹੈ ਕਿ ਉਹੀ ਲੀਡਰ ਪਰਵਾਨ ਹੋਏਗਾ ਜਿਹੜਾ ਲੀਡਰ ਸੰਗਤ ਨੂੰ ਪਰਵਾਨ ਹੋਏਗਾ ਅਕਾਲ ਤੱਕ ਤੋਂ ਫਰਮਾਨ ਆਣਾ ਹਜੇ ਬਾਕੀ ਹੈ ਪਰ ਉਸ ਦੇ ਨਾਲ ਹੀ ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਵੀ ਹਜੇ ਘਾਟਾ ਵਾਧਾ ਚੱਲ ਰਿਹਾ ਤੇ ਉਹਦੇ ਵਿੱਚ ਵੀ ਬਾਰ-ਬਾਰ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਉੱਥੋਂ ਜਿਹੜਾ ਉਭਾਰ ਹੋਏਗਾ ਉਹ ਵੀ ਲੀਡਰ ਹੋ ਸਕਦਾ ਹੈ ਨਾ ਨਾ ਕਰਦੇ ਚਾਹੇ ਬਾਹਰ ਜਿੰਨਾ ਮਰਜ਼ੀ ਕੁਝ ਹੋਵੇ ਪਰ ਅਕਾਲ ਤਖਤ ਔਰ ਐਸਜੀਪੀਸੀ ਜਿਹੜੀ ਹੈਗੀ ਹੈ ਉਹ ਤੁਰਾ ਮੰਨੀ ਜਾਂਦੀ ਹੈ ਜਿਸ ਸਿੱਖ ਕੌਮ ਦੀ ਗੱਲ ਕੀਤੀ ਜਾਵੇ ਚਾਹੇ ਪੂਰੇ ਦੇ ਪੂਰੇ ਸੰਸਾਰ ਦੀ ਗੱਲ ਕਰ ਲਈਏ ਚਾਹੇ ਵਿਸ਼ਪ ਦੀ ਗੱਲ ਕਰ ਲਈਏ ਪਰ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਜਦੋਂ ਸਿੱਖ ਕੌਮ ਦੀ ਗੱਲ ਆਉਂਦੀ ਹੈ ਤੇ بار بار ਧਿਆਨ ਜਿਹੜਾ ਅਕਾਲ ਤਖਤ ਤੇ ਜਾਂਦਾ ਹੈ ਜਿਹੜੀ ਕਿ ਮਿਨੀ ਪਾਰਲੀਮੈਂਟ ਮੰਨੀ ਜਾਂਦੀ ਹੈ ਸਿੱਖਾਂ ਦੀ ਔਰ ਦੂਜੇ ਪਾਸੇ ਪੂਰਾ ਧਿਆਨ ਜਿਹੜਾ ਐਸਜੀਪੀਸੀ ਤੇ ਆਂਦਾ ਹੈ ਜਿਹੜੀ ਕਿ ਕਮੇਟੀ ਇੱਕ ਹੈਗੀ ਹੈ ਜਿਨੇ ਗੁਰਦੁਆਰਿਆਂ ਦੀ ਸਾਸ ਸੰਭਾਲ ਕਰਨੀ ਹੁੰਦੀ ਹੈ ਔਰ ਸਿੱਖ ਮਸਲਿਆਂ ਤੇ ਆਪਣੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਕਿਉਂਕਿ ਜਦੋਂ ਵੀ ਸਿੱਖਾਂ ਤੇ ਕੋਈ ਤਸ਼ੱਦਦ ਹੁੰਦਾ ਹੈ ਜਾਂ ਕਿਸੇ ਤਰੀਕੇ ਦਾ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਕੋਈ ਔਕੜ ਪ੍ਰੇਸ਼ਾਨੀ ਆਂਦੀ ਹੈ ਤੇ ਉਹ ਹਰ ਵਾਰ ਐਸਜੀਪੀਸੀ ਵੱਲ ਦੇਖਦੇ ਹੈ ਕਿ ਸਿੱਖ ਕੌਮ ਨੂੰ ਨੁਮਾਇੰਦਾ ਨੁਮਾਇੰਦਗੀ ਦੇਣ ਵਾਸਤੇ ਉਹਨਾਂ ਤੱਕ ਪਹੁੰਚ ਕਰਨੀ ਉਨੀ ਜ਼ਰੂਰੀ ਹੁੰਦੀ ਹੈ ਇਸ ਕਰਕੇ ਹਜੇ ਲੀਡਰ ਲੈਸ ਬਾਰ-ਬਾਰ ਕਿਹਾ ਜਾ ਰਿਹਾ ਕਿ ਸਿੱਖ ਕੌਮ ਜਾਂ ਸਿੱਖ ਜਗਤ ਜਿਹੜਾ ਉਹ ਲੀਡਰ ਲੈਸ ਹੈਗਾ ਔਰ ਸਪੇਸ ਜਿਹੜੀ ਪੈਦਾ ਹੋਈ ਹੈ ਸਿੱਖ ਸਿਆਸਤ ਦੇ ਵਿੱਚ ਐਸੇ ਮ ਸਿੱਖ ਸਿਆਸਤ ਦੇ ਵਿੱਚ ਜਿਹੜੀ ਇੱਕ ਸਪੇਸ ਇੱਕ ਜਗ੍ਹਾ ਜਿਹੜੀ ਬਣੀ ਹੈਗੀ ਹੈ ਉਹ ਕੌਣ ਫਿਲ ਕਰੇਗਾ ਕੌਣ ਹੋਏਗਾ ਲੀਡਰ ਤੇ ਕੌਣ ਕਰੇਗਾ ਇਸ ਉਭਾਰ ਨੂੰ ਪੂਰਾ ਇਹ ਅਜੇ ਸਵਾਲ ਹੀ ਖੜਾ ਹੋਇਆ ਕਿਉਂਕਿ ਇਸ ਟਾਈਮ ਪ੍ਰੈਜ਼ੀਡੈਂਟ ਸਿਨੈਰੀਓ ਚ ਜੇ ਦੇਖਿਆ ਜਾਵੇ ਅਕਾਲੀ ਦਲ ਬਾਦਲ ਜਿਹਦੇ ਕੀ ਪ੍ਰਧਾਨ ਇਸ ਟਾਈਮ ਸੁਖਵੀਰ ਬਾਦਲ ਨੇ ਉਹ ਵੀ ਇਸ ਟਾਈਮ ਅਕਾਲ ਤਖਤ ਤੇ ਖੜੇ ਨੇ ਜਿਹੜਾ ਧੜਾ ਬਾਗੀ ਹੋ ਕੇ ਗਿਆ ਉਹ ਵੀ ਅਕਾਲ ਤਖਤ ਦੇ ਵੱਲ ਦੇਖ ਰਿਹਾ ਔਰ ਜਿਹੜੀ ਇੱਕ ਹੋਰ ਧੜਾ ਉਭਾਰ ਆ ਰਿਹਾ ਉਹ ਵੀ ਆਪਣੀ ਗਿਣਤੀ ਮਿੰਤੀ ਤੇ ਆਪਣੇ ਪਰ ਤੋਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹ ਸਿੱਖ ਖਾਂ ਦੇ ਨੁਮਾਇੰਦਾ ਕਲਾਸ ਬਣ ਸਕਦੇ ਆ ਇਹ ਸਾਰੇ ਸਵਾਲ ਹਜੇ ਬਾਕੀ ਨੇ ਪਰ ਉਸ ਦੇ ਨਾਲ ਹੀ ਗੱਲ ਫਿਰ ਉਹ ਹੀ ਖੜੀ ਹੁੰਦੀ ਹੈ ਕਿ ਸੰਗਤ ਨੂੰ ਕੀ ਪਰਵਾਹ ਹੋਏਗਾ ਸਿੱਖ ਜਗਤ ਨੂੰ ਸਿੱਖ ਸੰਸਾਰ ਨੂੰ ਸਿੱਖ ਖਾਂ ਨੂੰ ਕੀ ਪਰਵਾਹ ਹੋਏਗਾ ਤੇ ਅਲਟੀਮੇਟਲੀ ਲੀਡਰ ਕੌਣ ਇਹ ਸਵਾਲ ਹੈ ਜੀ ਤੁਹਾਨੂੰ ਸਵਾਲ ਦੇ ਨਾਲ ਹੀ ਛੱਡ ਜੰਨੇ ਆ ਮੇਰੇ ਕੈਮਰਾ ਪਰਸਨ ਸਰਜੀਤ ਨੂੰ ਤੇ ਮੈਨੂੰ ਦੋ ਇਜਾਜ਼ਤ ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ ਤਾਂ ਤੱਕ ਬਹੁਤ ਬਹੁਤ ਸ਼ੁਕਰੀਆ ਧੰਨਵਾਦ